ਲਾਗੇ ਜੇ ਟੱਕਰ ਹੈ ਪਰ ਸਮਾਂ ਬੀਤਦਾ ਜਾ ਰਿਹਾ ਹੈ ਤੇ ਗੁਰਜੀਤ ਖਾਲਸੇ ਦੀ ਵਿਸਲ ਕਿਸ ਖਿਡਾਰੀ ਦੇ ਹੱਕ ਦੇ ਵਿੱਚ ਵੱਜੇਗੀ ਕਿ ਸਮਾਂ ਬੜਾ ਬਲਵਾਨ ਸਮੇਂ ਦੀ ਕਦਰ ਕਰੋ ਬਾਈ ਜੀ ਜਿਹੜੇ ਉਹ ਆ ਕੇ ਤੇ ਸਟੇਜ ਤੇ ਕੰਟੈਕਟ ਕਰੇ ਹੈਲੋ ਬਾਈ ਜੀ ਜਿਨ੍ਹਾਂ ਪਲੇਅਰਾਂ ਨੇ ਸਾਡੇ ਕੋਲ ਇੱਥੇ ਰਹਿਣਾ ਉਹ ਜਲਦੀ ਦੇ ਨਾਲ ਸਾਡੇ ਕੋਲ ਆ ਕੇ ਇੱਥੇ ਰਾਬਤਾ ਕਾਇਮ ਕਰ ਲੈਣ ਤਾਂ ਕਿ ਅਸੀਂ ਲਿਖ ਸਕੀਏ ਉਹ ਕਿੰਨੇ ਪਲੇਅਰਾਂ ਨੇ ਸਾਡੇ ਕੋਲ ਰਹਿਣਾ ਸੀ ਉਹਦਾ ਪੁਖਤਾ ਪ੍ਰਬੰਧ ਕਰ ਸਕੀਏ ਲਓ ਅਗਲੀ ਕਬੱਡੀ ਵੇਖਦਾ ਵੀ ਵਿੱਕੀ ਪਾਉਣ ਦੇ ਲਈ ਫਿਰ ਵਜਾ ਹੋਇਆ ਅਗਲੀਆਂ ਟੀਮਾਂ ਨੂੰ ਬੇਨਤੀ ਟੀਮਾਂ ਤਿਆਰ ਹੋ ਕੇ ਜਲਦੀ ਪਹੁੰਚਣਗੀਆਂ ਖਾਰਾ ਤੇ ਰੋਡਾਂ ਦੇ ਵਿਚਕਾਰ ਲਓ ਮੁੰਡੇ ਨੂੰ ਬਾਜ ਪਿਆਰ ਨਾਲ ਕਹਿੰਦੇ ਸਮਾਧ ਵਾਲਾ ਬਾਜ ਬਹੁਤ ਹੀ ਸ਼ਾਨਦਾਰ ਜਫਾ ਲੱਗ ਗਈ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਗੱਭਰੂ ਤਾਂ ਹੀ ਫਿਰਤਾ ਅਗਲੀ ਕਬੱਡੀ ਪਾਉਣ ਦੇ ਲਈ ਵਜਾ ਹੋਇਆ ਕਹਿੰਦੇ ਜੋਸ਼ ਹੋ ਤਕਨੀਕ ਦੀ ਯਾਰੋ ਖੇਡ ਕਬੱਡੀ ਹੈ ਜੋਸ਼ ਹੋ ਤਕਨੀਕ ਦੀ ਯਾਰੋ ਖੇਡ ਕਬੱਡੀ ਹੈ ਨਿਰੇ ਜੋਰ ਵਾਲੇ ਨੂੰ ਜਾਫੀ ਢਾਈ ਜਾਂਦੇ ਨੇ ਪਰ ਕਾਂ ਵਰਗੀ ਆ ਅੱਖ ਜਿਨ੍ਹਾਂ ਦੀ ਸਗਰਾਸਾ ਪਤਾ ਨਹੀਂ ਉਹ ਕਿਹੜੇ ਵੇਲੇ ਹੱਥ ਲਾਏ ਜਾਂਦੇ ਨੇ ਪਰ ਲੰਘੇ ਆਣੀਆਂ ਜੋਧਾ ਇੱਕ ਨੇ ਚਾਰ ਜਵਾਨੀ ਦੇ ਸਾਂਭ ਲੈਣ ਤੇ ਵੇਖੀ ਸਾਂਭ ਲੈਣ ਜੋ ਵਿੱਚ ਮਦਾਨੇ ਸ਼ਾਹੀ ਜਾਂਦੇ ਨੇ ਪਰਮਾਤਮਾ ਮਿਹਰ ਕਰੇ ਬਾਬਾ ਦਰਬਾਰੀ ਦਾਸ ਇਸ ਖਿਡਾਰੀ ਦੀ ਕੋਈ ਚੋਟ ਨਾ ਹੋਵੇ ਜ਼ਿਆਦਾ ਇਸ ਮਾਲਕ ਦੇ ਪਿੱਛੋਂ ਲੱਖ ਨਹੀਂ ਮਾਰਨੀ ਯਾਰ ਤੁਸੀਂ ਗਲਤ ਹੈਲੋ ਬਾਈ ਜੀ ਗਰਾਊਂਡ ਦੇ ਵਿੱਚ ਸੱਟ ਲੱਗ ਗਈ ਹੈ ਜੇ ਕੋਈ ਡਾਕਟਰ ਸਾਹਿਬ ਆਉਣਾ ਮਾੜਾ ਜਿਹਾ ਪਹੁੰਚੋ ਬਾਈ ਜੀ ਗਰਾਊਂਡ ਦੇ ਵਿੱਚ ਮੁੰਡੇ ਦੇ ਕੋਈ ਗੱਲ ਨਹੀਂ ਕੋਈ ਨਹੀਂ ਜਾਣ ਕੇ ਕੋਈ ਦੋਸ਼ੀ ਨਹੀਂ ਸੀ ਉਹਦਾ ਕੋਈ ਗੱਲ ਨਹੀਂ ਡਾਕਟਰ ਹੈਗਾ ਤਾਂ ਕੋਈ ਭੇਜੋ ਜੀ ਗਰਾਊਂਡ ਵਿੱਚ ਬੇਨਤੀ ਹੈ ਜੇ ਕੋਈ ਅੰਗਾ ਫਿਰਨ ਦਾ ਵੈਸੇ ਸਿਆਣਾ ਤਾਂ ਉਹ ਆਪਣੀਆਂ ਸਤਾਵਾਂ ਸਾਨੂੰ ਦੇਵੇ ਸਾਡਾ ਵੀਰ ਪਰਮਾਤਮਾ ਮਿਹਰ ਕਰੇ ਬਾਬਾ ਭਾਈ ਦਰਬਾਰੀ ਦਾਸ ਜੀ ਇਸ ਖਿਡਾਰੀ ਦੇ ਕੋਈ ਜ਼ਿਆਦਾ ਚੋਟ ਨਾ ਹੋਵੇ ਬੇਨਤੀ ਹੈ ਖਿਡਾਰੀਆਂ ਨੂੰ ਵੀ ਕਿਸੇ ਨੇ ਕੋਈ ਫਲਾਇੰਗ ਕੈਂਚੀ ਲੱਕ ਫੜ ਕੇ ਕੈਂਚੀ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀਗੀ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਆਵੇ ਕੋਈ ਐਸਾ ਵਲੀ ਪੈਗੰਬਰ ਕਹਿੰਦੇ ਆਵੇ ਕੋਈ ਐਸਾ ਵਲੀ ਪੈਗੰਬਰ ਜੋ ਰੋਕੇ ਵੱਜਦੀਆਂ ਸੱਟਾਂ ਨੂੰ ਆ ਬੀਜੇ ਹੋ ਜਾਣ ਖੁੱਲੇ ਲੋਕੋ ਕੋਈ ਰੋਕੇ ਨਾ ਜੰਜੂਗਾ ਦੇ ਪੱਟਾਂ ਨੂੰ ਆਵੇ ਕੋਈ ਐਸਾ ਵਲੀ ਪੈਗੰਬਰ ਜੋ ਰੋਕੇ ਵੱਜਦੀਆਂ ਸੱਟਾਂ ਨੂੰ ਅਗਲੇ ਮੈਚ ਦੀਆਂ ਟੀਮਾਂ ਵੀ ਜਲਦੀ ਦੇ ਨਾਲ ਤਿਆਰ ਬਰ ਤਿਆਰ ਰਹਿਣ ਖਾਰਾ ਤੇ ਰੋਡੇ ਅਗਲਾ ਮੈਚ ਉਹਨਾਂ ਟੀਮਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਟੀਮਾਂ ਜਲਦੀ ਦੇ ਨਾਲ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਜਾਣ ਕਬੱਡੀ ਮੈਚ ਤੇ ਰੱਜੀ ਵਾਲਾ ਜਿੱਤ ਗਈ ਜੀ ਨੋਟ ਕਰੋ ਚੱਲਦੇ ਮੈਚ ਤੋਂ ਰੱਜੀ ਵਾਲੇ ਦੀ ਟੀਮ ਜਿਹੜੀ ਹੈ ਜੇਤੂ ਰਹੀ ਹੈ ਜੀ ਰੋਡੇ ਤੇ ਖਾਰਾ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਰੋਡੇ ਤੇ ਖਾਰਾ ਕੱਲ ਨੂੰ ਕਹਿੰਦੇ ਕਬੱਡੀ ਓਪਨ ਦੇ ਮੰਨੇ ਪਰਮੰਨੇ ਖਿਡਾਰੀ ਇਸ ਖੇਡ ਗਰਾਊਂਡ ਦੇ ਵਿੱਚ ਪੁੱਜਣਗੇ ਉਹ ਫਿਰ ਸਾਡਾ ਵੀਰ ਰੂਪਾ ਜਾਣਕਾਰੀ ਦੇ ਰਿਹਾ ਹੈ ਵੀ ਕਮਿੱਕਰ ਔਗੜ ਦੇ ਸੱਦੇ ਤੇ ਸਰਪੰਚ ਕਿਰਨਜੀਤ ਸਿੰਘ ਜੀ ਮਿੰਟੂ ਬੀਲੇ ਵਾਲੇ ਉਹਨਾਂ ਦੇ ਸੱਦੇ ਤੇ ਦੁਨੀਆ ਭਰ ਦੇ ਅੰਤਰਰਾਸ਼ਟਰੀ ਸਟਾਰ ਖਿਡਾਰੀ ਇਸ ਖੇਡ ਗਰਾਊਂਡ ਦੇ ਵਿੱਚ ਆਪਣੀ ਖੇਡ ਦਿਖਾਉਣ ਦੇ ਲਈ ਪੁੱਜ ਰਹੇ ਹੈ ਆਪਾਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਮਿੱਕਰ ਸਿੰਘ ਜੀ ਔਗੜ ਤੇ ਕਿਰਨਜੀਤ ਸਿੰਘ ਜੀ ਮਿੰਟੂ ਸਰਪੰਚ ਬੀਲੇ ਵਾਲੇ ਉਹਨਾਂ ਦਾ ਵੱਡਾ ਧੰਨਵਾਦ ਹੈ ਲਓ ਇੱਧਰ ਰੋਡੇ ਤੇ ਖਾਰਾ ਦੋਨੋਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਤੇ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਐਂਟਰ ਹੋ ਜਾਣ ਹੈਲੋ ਬਾਈ ਜੀ ਜਿਹੜਾ ਤਰਾਜ ਲੱਗਾ ਇਹਦਾ ਕੋਈ ਫੈਸਲਾ ਦੱਸਣ ਸਾਨੂੰ ਕਮੇਟੀ ਵਾਲੇ ਕੀ ਬਣਿਆ ਰੋਡਾਂ ਦੀ ਟੀਮ ਪੁੱਜੀ ਹੋਈ ਆ ਖਾਰੇ ਦੇ ਖਿਡਾਰੀਆਂ ਨੂੰ ਬੇਨਤੀ ਜਲਦੀ ਪਹੁੰਚੇ ਬਾਈ ਜੀ ਤਰਾਜ ਕਹਿੰਦੇ ਉਹਨਾਂ ਦਾ ਬਿਲਕੁਲ ਸਿੱਧ ਹੋਇਆ ਉਹਨਾਂ ਵਿੱਚ ਵਾਕਈ ਤਿੰਨ ਪਲੇਅਰ ਬਾਹਰ ਦੇ ਖੇਡਦੇ ਇਸ ਕਰਕੇ ਸਮਾਲਸਰ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਬਾਈ ਜੀ ਠੀਕ ਆ ਜੀ ਲਓ ਖਾਰੇ ਦੀ ਟੀਮ ਮੇਰੇ ਖਿਆਲ ਪਹੁੰਚ ਚੁੱਕੀ ਦੋਨੋਂ ਟੀਮਾਂ ਪਹੁੰਚ ਚੁੱਕੀਆਂ ਬੇਨਤੀ ਆ ਤਲਵੰਡੀ ਆ ਸੌਰੀ ਭਗਤਾ ਭਾਈ ਕਾ ਤੇ ਕੋਹਲੀਆ ਖੁਰ ਦੀਆਂ ਟੀਮਾਂ ਵੀ ਤਿਆਰ ਰਹਿਣਗੀਆਂ ਇਸ ਤੋਂ ਅਗਲਾ ਮੈਚ ਤੁਹਾਡਾ ਖੇਡਿਆ ਜਾਣਾ ਭਗਤਾ ਭਾਈ ਕਾ ਤੇ ਕੋਹਲੀਆ ਖੁਰ ਦੇ ਵਿਚਕਾਰ ਇਸ ਤੋਂ ਅਗਲਾ ਮੈਚ ਖੇਡਿਆ ਜਾਣਾ ਹੈ ਲੰਡਿਆਂ ਦੀ ਟੀਮ ਨੇ ਕੌਣੀ ਨਾਲ ਖੇਡਣਾ ਇਹ ਟੀਮ ਵੀ ਤਿਆਰ ਰਹੇਗੀ ਖਿਡਾਰੀਆਂ ਨੂੰ ਬੇਨਤੀ ਹਾਂਜੀ
ਇਧਰ ਖਾਰਾ ਤੇ ਰੋਡੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਸ਼ੁਰੂ ਹੋਣ ਜਾ ਰਿਹਾ। ਖਾਰੇ ਦੀ ਟੀਮ ਜਿਹੜੇ ਫਰੀਦਕੋਟ ਦੀ ਟੀਮ ਹੈ ਤੇ ਰੋਡੇ ਜਿਹੜੇ ਮੋਗੇ ਦਾ ਨਗਰ ਤੇ ਗੁਆਂਢੀ ਨਗਰ ਹੈ, ਉਹ ਦੋਨੋਂ ਟੀਮਾਂ ਦੇ ਦਰਮਿਆਨ ਬੜਾ ਵਧੀਆ ਮੈਚ ਸ਼ੁਰੂ ਹੋਣ ਜਾ ਰਿਹਾ। ਖਾਰੇ ਦੀ ਟੀਮ ਵਜਨੀ ਕਬੱਡੀ ਦੇ ਵਿੱਚ ਮੰਨੀ ਪਰਮੰਨੀ ਟੀਮ ਹੈ, ਕਬੱਡੀ 75, 70, 80 ਤੇ ਓਪਨ ਦੇ ਵਿੱਚ ਇਹਨਾਂ ਮੁੰਡਿਆਂ ਦੇ ਨਾਮ ਦੇ ਚਰਚੇ ਹੈ। ਤੇ ਇਧਰ ਰੋਡਿਆਂ ਦੀ ਟੀਮ ਕਹਿੰਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸੰਤ, ਉਹਨਾਂ ਦੇ ਜੰਮਣ ਭੋਏ ਉਸੇ ਨਗਰ ਦੀ ਟੀਮ ਹੈ। ਲਓ ਦੇਖਾਂਗੇ ਪਹਿਲੀ ਕਬੱਡੀ ਜੱਗੀ ਨਾਮ ਇਸ ਮੁੰਡੇ ਦਾ, ਰੋਡੇ ਪਿੰਡ ਹੈ। ਤੇ ਇਧਰ ਕਹਿੰਦੇ ਖਾਰੇ ਦੀ ਟੀਮ ਸ਼ਕਤੀਮਾਨ ਹੋਣਾ ਦਾ ਨਾਮ, ਕੇਸਰ ਹੋਣਾ ਦਾ ਨਾਮ ਕਹਿੰਦੇ ਕਬੱਡੀ ਦੇ ਵਿੱਚ ਬੜਾ ਮਸ਼ਹੂਰ ਹੋਇਆ। ਲਓ ਉਸੇ ਪਿੰਡ ਦੇ ਚਾਰ ਜਾਫੀ ਹੈ, ਲਓ ਦੇਖੋ ਪਾਈ ਹੋਈ ਕਬੱਡੀ ਹੈ। ਤੇ ਉਰਲੀ ਕਨੀ ਦੇ ਕਹਿੰਦੇ ਸਿੰਘਾਂ ਵਾਲਾ ਪਿੰਡ ਜੱਗੀ ਨਾਮ ਹੈ, ਤੇ ਦੂਜੀ ਕਨੀ ਦੇ ਕਹਿੰਦੇ ਰਾਜਾ ਸਲੀਣੇ ਵਾਲਾ। ਲਓ ਦੇਖੋ ਪਾਈ ਹੋਈ ਕਬੱਡੀ, 30 ਸੈਕਿੰਡ ਦੀ ਕਬੱਡੀ ਤੇ ਸਮਾਂ ਬੀਤਦਾ ਜਾ ਰਿਹਾ। ਆਓ ਦੇਖੋ ਰਾਜੇ ਦੇ ਨਾਲ ਮੁਕਾਬਲਾ ਹੋ ਗਿਆ। ਲਓ ਸਲੀਣਾ ਪਿੰਡ ਇਸ ਨੌਜਵਾਨ ਖਿਡਾਰੀ ਦਾ ਤੇ ਖਾਰੇ ਦੀ ਟੀਮ ਦੇ ਲਈ ਖੇਡ ਰਿਹਾ। ਲਓ ਪਹਿਲੀ ਕਬੱਡੀ ਤੇ ਜਾਨਦਾਰ ਜੱਫਾ ਲਾ ਕੇ ਇੱਕ 1.5 ਅੰਕ ਦਾ ਵਾਧਾ ਆਪਣੀ ਟੀਮ ਦੇ ਲਈ ਕਰ ਦਿੱਤਾ। ਲਓ ਅਗਲੀ ਕਬੱਡੀ ਹਰਦੀਪ ਸਿੰਘ ਅਬਰੂ, ਕਹਿੰਦੇ ਵੀ ਖਾਰਾ ਪਿੰਡ ਬੜਾ ਮਸ਼ਹੂਰ ਪਿੰਡ ਹੈ, ਗਾਂਧੀ ਹੋਣਾ ਨੇ ਬਹੁਤ ਤਕੜੀ ਖੇਡੀ ਹੈ, ਸ਼ਕਤੀ ਹੋਣਾ ਸ਼ਕਤੀਮਾਨ ਹੋਣਾ ਦਾ ਨਾਂ ਚੱਲਿਆ ਏ, ਕਹਿੰਦੇ ਵੀ ਕੇਸਰ ਹੋਣਾ ਦਾ ਨਾਂ ਚੱਲਿਆ ਕਬੱਡੀ ਦੇ ਖੇਡਣ ਦਾ ਨਾਂ ਵਿੱਚ ਖਾਰੇ ਵਾਲਾ ਹਰਦੀਪ ਸਿੰਘ ਹਲਕਾ ਟੈਕ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਏ। ਅਗਲੀ ਕਬੱਡੀ 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ ਦੇ ਪਿੰਡ ਦਾ ਗੱਭਰੂ ਹੈ, ਕਹਿੰਦੇ ਜਦੋਂ ਚੱਲੂਗੀ ਗੱਲ ਕੁਰਬਾਨੀਆਂ ਦੀ, ਜਦੋਂ ਚੱਲੂਗੀ ਗੱਲ ਕੁਰਬਾਨੀਆਂ ਦੀ, ਪੈਂਦੀ ਰਹੂਗੀ ਸਦਾ ਹੀ ਬਾਤ ਤੇਰੀ, ਬਲਦੀ ਰਹੂਗੀ ਅਸਾਂ ਦੇ ਦਿਲਾਂ ਅੰਦਰ, ਬਾਲੀ ਹੋਈ ਜੋ ਸਿੱਖੀ ਦੀ ਲਾਟ ਤੇਰੀ, ਕੋਮਲ ਆਖਦਾ ਸੰਤ ਜਰਨੈਲ ਸਿੰਘਾ, ਤੇ ਸਾਨੂੰ ਰੜਕਦੀ ਰਹੂਗੀ ਘਾਟ ਤੇਰੀ, ਕੋਮਲ ਆਖਦਾ ਸੰਤ ਜਰਨੈਲ ਸਿੰਘਾ, ਸਾਨੂੰ ਰੜਕਦੀ ਰਹੂਗੀ ਘਾਟ ਤੇਰੀ। ਕਹਿੰਦੇ ਸੰਤਾਂ ਦੇ ਪਿੰਡ ਦਾ ਬਹੁਤ ਵਧੀਆ ਇਸ ਵਕਤ ਖਿਡਾਰੀ। ਅਗਲੀ ਕਬੱਡੀ ਪਾਉਣ ਦੇ ਲਈ ਖਾਰੇ ਵਾਲਾ ਗੱਭਰੂ ਮੁੰਡੇ ਨੂੰ ਸੰਘਾ ਕਹਿੰਦੇ ਪਿਆਰ ਦੇ ਨਾਲ, ਸੰਘੇ ਦੀ ਅਗਲੀ ਕਬੱਡੀ ਖੇਡ ਦੇ ਮੈਦਾਨ ਪੈਣੀ ਤੇ ਗੱਲ ਕਰੇਗਾ ਗੋਡਿਆਂ ਵਾਲਾ ਸੁਖਰਾਜ ਸਿੰਘ। ਲਓ ਖਾਰੇ ਦਾ ਸੰਘਾ ਕਬੱਡੀ ਪਾ ਰਿਹਾ ਮੇਰੇ ਵੀਰਿਓ। ਇਧਰ ਚਾਰ ਜਾਸੀ ਹੈ, ਇੱਕ ਕਨੀ ਤੇ ਗਗਨ ਹੈ। ਆਹ ਮੁੰਡਾ ਕਹਿੰਦੇ ਗੁਰੂ ਨਾਨਕ ਕਾਲਜ ਰੋਡਿਆਂ ਦਾ ਸਟੂਡੈਂਟ ਹੈ, ਜਿੱਥੋਂ ਦੀਆਂ ਗੱਲਾਂ ਸ਼ਹਿਰੀ ਮਾਨ ਦੇ ਗੀਤਾਂ ਦੇ ਵਿੱਚ ਹੋਈਆਂ ਕਿ ਰੋਡੇ ਕਾਲਜ ਦੇ ਮੁੰਡੇ ਤਿੰਨ ਧੜਿਆਂ 'ਚ ਹੋ, ਨਿੱਤ ਹੁੰਦੀਆਂ ਲੜਾਈਆਂ, ਕੋਈ ਹੱਸੇ ਕੋਈ ਰੋਏ, ਕਿ ਰੋਡੇ ਕਾਲਜ ਬਣਾਇਆ ਯਾਰ ਉਹ GT ਰੋਡ ਉੱਤੇ, ਲੋਕੀ ਆਉਂਦੇ ਬੱਸਾਂ ਉੱਤੇ, ਅਸੀਂ ਜਾਈਏ ਰੋਡ ਉੱਤੇ। ਇਧਰ ਗੁਰਚਰਨ ਸੁਨੇਰ ਉਹਨਾਂ ਦਾ ਵੀ ਧੰਨਵਾਦ ਹੈ। ਆਓ ਦੇਖੋ ਮੁੰਡਾ ਜੱਗੀ ਕਬੱਡੀ ਪਾ ਰਿਹਾ। ਇਧਰ ਤੁਹਾਡੇ ਬੂਟਾ ਕੋਚ ਮਨਸੂਰ ਵਾਲੇ ਇਹਨਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ। ਜੱਗੀ ਦੀ ਕਬੱਡੀ ਹੈ ਤੇ ਜੱਗੀ ਦੇ ਨਾਲ ਹੀ ਮੁਕਾਬਲਾ ਹੋ ਗਿਆ। ਲਓ ਦੋਨੋਂ ਜੱਗੀਆਂ ਦੇ ਦਰਮਿਆਨ ਟੱਕਰ, ਇੱਕ ਦਾ ਪਿੰਡ ਰੋਡਿਆ ਤੇ ਦੂਜੇ ਦਾ ਪਿੰਡ ਸਿੰਘਾਂ ਵਾਲਾ, ਪਰ ਜਿਹੜਾ ਨੰਬਰ ਹੈ ਉਹ ਗੁਰਜੀਤ ਖਾਲਸਾ ਨੇ ਟੈਕਨੀਕਲ ਨੰਬਰ ਦਿੱਤਾ ਧਾਵੀ ਦੇਸ ਤੇ। ਇਧਰ ਹਰਦੀਪ ਕਬੱਡੀ ਪਾ ਰਿਹਾ, ਇੱਕ ਹਰਦੀਪ ਟਾਊ ਤੋਗਾ ਵਾਲੀਆ ਬੜਾ ਮਸ਼ਹੂਰ ਹੈ, ਇੱਕ ਹਰਦੀਪ ਕੌਕਿਆਂ ਦਾ, ਪਰ ਆਹ ਮੁੰਡਾ ਬੈਰੀ ਕਬੱਡੀ ਦਾ ਸਟਾਰ ਖਿਡਾਰੀ ਹੈ, ਇੱਕ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਇਧਰ ਰਮਨ ਦੀ ਕਬੱਡੀ ਤੇ ਗੱਲ ਨਿਰਮਲ ਲੰਘਿਆਣਾ ਕਰਨ ਜਾ ਰਿਹਾ। ਲਓ ਰਮਨ ਦੀ ਕਬੱਡੀ ਦੇ ਨਾਲ ਆਪਾਂ ਫਿਰ ਜੁੜਦੇ ਹਾਂ। ਇਸ ਵਕਤ ਭਾਵੇਂ ਰਮਨ ਦਾ ਵਜਨ ਥੋੜਾ ਹੈ ਪਰ ਹੌਸਲਾ ਬਹੁਤ ਵੱਡਾ ਕਰਕੇ ਇਸ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਚਾਰ ਜਾਫੀਆਂ ਤੇ ਇਸ ਵਕਤ ਪੂਰੀ ਤਾਰ ਲੱਗੀ ਹੋਈ ਹੈ। ਫੜਿਆ ਹੋਇਆ ਗੁੱਟ, ਇਸ ਵਕਤ ਛਡਾਇਆ ਗੁੱਟ ਤੇ ਹੰਝਾ ਦੇ ਲਾਗਿਆ ਕੇ ਮੁਕਾਬਲਾ ਸਕਦਾ ਹੈ। ਮੁੰਡਾ ਚੀਨ ਦੀ ਕੰਧ ਬਣ ਕੇ ਲਾਂਗਾ ਵਾਲੇ ਤਾਰ ਵਾਂਗੂ ਆਹ ਹੰਝਾ ਦੇ ਲਾਗਿਆ ਕੇ ਭਰਦਾ ਬਗਲਾ ਗੱਫੂ ਵਾਲੀਏ ਰਾਣੇ ਵਾਂਗੂ, ਤੇ ਗੱਲ ਕਸੂਤੀ ਦੀ ਬਣੀ ਹੋਈ ਹੈ। ਇੱਕ ਪਾਸੇ ਵੇਖਦੇ ਵੀ ਖਾਰੇ ਵਾਲਾ ਗੱਭਰੂ ਹੈ, ਦੂਜੇ ਪਾਸੇ ਵੇਖਦਾ ਰਮਨ ਦੀ ਤੇ ਅੰਕ 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 ਖਾਰੇ ਵਾਲੇ ਗੱਭਰੂ ਨੇ ਆਪਣੀ ਟੀਮ ਦੇ ਹਿੱਸੇ ਜ਼ੋਰ ਦਿੱਤਾ ਹੈ। ਆਉਣ ਵਾਲੀ 30, 31 ਤੇ 1 ਫਰਵਰੀ ਨੂੰ ਫਰਾਂਸ ਦੀ ਧਰਤੀ ਤੇ ਕਬੱਡੀ ਦਾ ਮਹਾਕੁੰਭ ਹੋਵੇਗਾ। ਉੱਥੇ ਸਾਡੇ ਵੀ ਪਿਰਥੀ ਤੂਰਕੋਟ ਜਾਂ ਦੁਬਈ ਦੇ ਵਿੱਚ ਬੈਠਾ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਅੱਜ ਦੇ ਨਾਲ ਮੈਚਾਂ ਦਾ ਨਜ਼ਾਰਾ ਤੱਕਦਾ ਹੈ। ਆਪਾਂ ਉਹਦਾ ਵੀ ਸਵਾਗਤ ਕਰਦੇ ਸਾਡੇ ਵੀਰ ਦਾ, ਤੂਰਕੋਟ ਜਾਂ ਪਿਰਥੀ ਵੀ ਅੱਜ ਦੇ ਮੈਚਾਂ ਦਾ ਨਜ਼ਾਰਾ ਤੱਕਦਾ ਹੈ, ਦੁਬਈ ਵਿੱਚ ਬੈਠਾ ਤੇ ਮੁਬਾਰਕਬਾਦ ਭੇਜ ਰਿਹਾ ਹੈ ਇਸ ਟੂਰਨਾਮੈਂਟ ਕਮੇਟੀ ਨੂੰ। ਬਹੁਤ ਵਧੀਆ ਕਹਿੰਦਾ ਲਾਈਵ ਜਿਹੜਾ ਕਰ ਰਿਹਾ ਹੈ ਕਬੱਡੀ ਤੇ ਸੁਪਰਾਂ.com ਦੀ ਟੀਮ
ਅੱਜ ਦੀ ਇਸ ਕੱਲੀ ਕੱਲੀ ਕਬੱਡੀ ਤੇ ਕੱਲੇ ਕੱਲੇ ਜਥੇ ਨੂੰ ਵੱਖ ਵੱਖ ਮੁਲਕਾਂ 'ਚ ਬੈਠੇ ਸਾਡੇ ਦਰਿੰਦਰ ਸਿੰਘ ਜੀ ਧਾਨਾ ਚੇਅਰਮੈਨ ਸਾਹਿਬ ਕੈਨੇਡਾ 'ਚ ਬੈਠੇ ਹੈ, ਕਾਲਾ ਬਰਾੜ ਜੀ, ਬਲਦੇਵ ਸਿੰਘ ਜੀ ਔਰਖੁਣੀ, ਅੱਜ ਦੇ ਅਮਰ ਸਿੰਘ ਜੀ ਅਮਰੀਕਾ 'ਚ ਬੈਠੇ, ਅੱਜ ਦੇ ਨਾਲ ਮੈਚਾਂ ਨੂੰ ਦੱਕਦੇ ਆਪਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਗਲੀ ਕਬੱਡੀ ਸੰਘਾ ਆਓ ਖਾਰੇ ਵਾਲਾ ਪਾਉਣ ਦੇ ਲਿਵਾ ਤੇ ਗੱਲ ਕਰੇਗਾ ਰੋਡਾਂ ਵਾਲਾ ਸੁਖਾਸ ਸਿੰਘ ਜੀ। ਲਓ ਇੱਧਰ ਸੰਘਾ ਖਾਰੇ ਵਾਲਾ ਕਬੱਡੀ ਪਾ ਰਿਹਾ, ਚਾਰ ਜਾਫੀ ਹੈ ਤੇ ਸੰਘੇ ਦੀ ਕਬੱਡੀ ਵਾਲਾ ਮੁਕਾਬਲਾ ਸਖਤ ਹੈ। ਫੜਿਆ ਗੁੱਟ ਬੱਜੀ ਕੈਂਚੀ ਤੇ ਉੜਦੀ ਮਾਂ ਮਿੱਟੀ ਦੀ ਧੂੜ। ਉਹ ਦੇਖੋ ਲੈ ਵੀ ਬਾਈ ਇੱਕ ਮਿੰਟ ਸਵਾਲ ਕਿਰਕਰਾ ਜਿਹਾ ਹੋ ਜਾਂਦਾ ਜਦੋਂ ਵਿਚਾਰੇ ਬੋਲੇ। ਆਹ ਮੁੰਡਾ ਕੁਲਦੀਪ ਹੈ ਰੋਡੇ ਪਿੰਡ ਦਾ। ਹੈਲੋ ਬਾਈ ਜੀ, ਜੇ 75 ਕਿਲੋ ਵੇਟ ਵਾਲੀ ਟੀਮ ਰਹਿੰਦੀ ਆ ਤਾਂ ਵੇਟ ਕਰਵਾ ਲਓ ਬਾਈ ਜੀ 75 ਕਿਲੋ ਵਾਲੀ। ਇਸ ਤੋਂ ਅਗਲਾ ਮੈਚ ਭਗਤਾ ਭਾਈ ਤੇ ਘੋਲੀਆ ਖੁਰਦ ਨੂੰ ਮੇਰੀ ਬੇਨਤੀ, ਟੀਮਾਂ ਤਿਆਰ ਰਹਿਣਗੀਆਂ। ਭਗਤੇ ਭਾਈ ਦਾ ਮੈਚ ਘੋਲੀਏ ਦੇ ਨਾਲ, ਉਸ ਤੋਂ ਬਾਅਦ ਘੰਡਾ ਵੰਨਾ ਤੇ ਕੋਰੇ ਵਾਲੇ ਦੇ ਵਿਚਕਾਰ ਮੈਚ ਹੋਵੇਗਾ। ਘੰਡਾ ਵੰਨਾ ਤੇ ਕੋਰੇ ਵਾਲੇ ਦੀਆਂ ਟੀਮਾਂ ਵੀ ਤਿਆਰ ਰਹਿਣਗੀਆਂ। ਮੇਰੀ ਬੇਨਤੀ ਪਿੰਡਰ ਤੇ ਸਾਹੋ ਕੇ ਇਹਦੀ ਟੀਮ ਵੀ ਤਿਆਰ ਰਹੂਗੀ। ਲਓ ਹੰਧਿਆਂ ਦੇ ਲੱਗ ਗਿਆ ਕਿ ਸਿੰਘਾਂ ਵਾਲੀਆਂ ਮੁੰਡਾ ਯੱਗੀ ਗੁੱਟ ਨੂੰ ਫੜਦਾ ਏ। ਛੱਡ ਮੇਰੀ ਬਾਹ ਮਿੱਤਰਾ, ਵੇ ਕਰੇ ਡੀਕ ਦੀ ਹੋਊਗੀ ਮੇਰੀ ਮਾਂ ਮਿੱਤਰਾ, ਮਾਂ ਦੀ ਪੁੱਤ ਅੱਜ ਮੇਰਾ ਕਬੱਡੀ ਖੇਡਣ ਗਿਆ ਏ। ਹਾਂਜੀ ਹੈਲੋ ਬਾਈ ਜੀ, 75 ਕਿਲੋ ਵਾਲੀ ਟੀਮ ਵੇਟ ਕਰਾ ਲਓ, 5 ਮਿੰਟਾਂ ਬਾਅਦ ਬੰਦ ਕਰ ਦੇਣਾ ਵੇਟ ਜੀ ਨੇ ਕਰਾਉਣਾ, 5 ਮਿੰਟਾਂ ਬਾਅਦ ਕਰਾ ਲਓ ਬਾਈ, ਕੱਲੋਂ ਨੀ ਵੇਟ ਕਰਾਉਣਾ, ਅੱਜ ਬਾਈ ਵੇਟ ਕਰਾ ਲਓ 75 ਕਿਲੋ ਵਰਗ ਦੀਆਂ ਟੀਮਾਂ। ਬਾਈ ਜੀ ਕੰਡਾ ਛੱਡਣਾ, ਵੱਟੇ ਛੱਡਣੇ, ਅੱਜ ਦੀ ਦਿਹਾੜੀ ਆ, ਟਰਾਲੀ ਖਿਡਾਉਣੀ। ਅਸੀਂ ਬੇਨਤੀ ਆ 75 ਵਾਲਿਆਂ ਨੂੰ, ਕੱਲ ਨੂੰ ਕਿਸੇ ਟੀਮ ਦਾ ਕੋਈ ਵਜਨ ਨਹੀਂ ਕਰਨਾ ਗਾ, ਜਿੰਨੀਆਂ ਵੀ ਟੀਮਾਂ ਪਹੁੰਚੀਆਂ। ਜੇ ਕਿਸੇ ਖਿਡਾਰੀ ਨੇ ਵਜਨ ਕਰਾਉਣਾ ਤੇ 5-7 ਮਿੰਟਾਂ ਦਾ ਟਾਈਮ ਹੈ, ਉਸ ਤੋਂ ਬਾਅਦ ਜਿਹੜੇ ਵੱਟੇ ਰਾਹ ਕੇ ਤੇ ਕੰਡਾ ਘਰੇ ਛੱਡਣਾ ਤੇ ਇੱਥੇ ਪੈਂਦੇ ਪਟਾਕੇ ਹੰਧਿਆਂ ਦੇ ਲਾਗੇ ਆ ਕੇ ਮੁੰਡਾ ਲੰਗਾ ਦਾਕਾ। ਇਸ ਮੁੰਡੇ ਦਾ ਪਿੰਡ ਸਲੀਣਾ ਏ, ਨਾਂ ਰਾਜਾ ਏ, ਇਹ ਸਲੀਣੇ ਵਾਲਾ ਰਾਜਾ ਕਮਾਲ ਕਰਦਾ, ਮਾਰ ਮਾਰ ਧੌਲਾਂ ਵਿੱਚ ਹੀ ਲਾਲ ਕਰਦਾ, ਸਲੀਣੇ ਵਾਲਾ ਕਬੜੀ ਕਮਾਲ ਕਰਦਾ। ਵਾਹ ਕਮਾਲ ਦਾ ਜਫਾ ਆ ਕੇ ਵੀ ਕਿੱਥੇ ਆ ਕੇ ਦੇਤੀ, ਕਰਮਾਂ ਨੇ ਹਾਰ ਵੇ, ਘੜਿਆ ਝਨਾ ਤੋਂ ਮੈਨੂੰ ਲਾ ਦੇ ਪਾਰ ਵੇ, ਘੜਿਆ ਝਨਾ ਤੋਂ ਮੈਨੂੰ ਲਾ ਦੇ ਪਾਰ ਵੇ। ਇੱਧਰ ਹਰਦੀਪ ਨੇ ਫਿਰ ਕਬੱਡੀ ਪਾ ਦਿੱਤੀ ਹੈ, ਚਾਰ ਜਾਫੀ ਹੈ ਤੇ ਚਾਰਾਂ ਜਾਫੀਆਂ ਦੇ ਇੱਕੋ ਰੰਗ ਦੀਆਂ ਨੀਕਰਾਂ ਤੇ 5ਵਾਂ ਧਾਵੀ ਹੈ। ਲਓ ਦੇਖੋ ਚਾਰੇ ਨੌਜਵਾਨ ਤੇ 5ਵਾਂ ਰੇਡਰ ਹੈ, ਆਓ ਦੇਖੋ ਮੁਕਾਬਲਾ ਸਖਤ ਹੈ। ਹਰਦੀਪ ਮੇਰੇ ਵੀਰੋ ਖਾਰੇ ਵਾਲਾ ਬੜਾ ਤੇਜ਼, ਬੜਾ ਸ਼ਾਰਪ ਹੈ, ਪਰ ਇੱਧਰ ਦੇਖੋ ਮੁਕਾਬਲਾ ਤੇ ਉਖੜ ਦੇ ਪੈਰ ਤੇ ਨੰਬਰ ਖਾਰੇ ਦੀ ਟੀਮ ਦੇ ਇਸੇ ਇਸੇ ਦੇ ਨਾਲ ਹੀ ਖਾਰੇ ਦੀ ਟੀਮ ਜੇਤੂ ਰਹੀ ਹੈ। ਸਾਡੇ ਪ੍ਰਬੰਧਕ ਵੀਰ ਨੋਟ ਕਰ ਲੈਣ, ਇਸ ਮੁਕਾਬਲੇ ਦੇ ਵਿੱਚ ਖਾਰੇ ਦੀ ਟੀਮ ਜੇਤੂ ਰਹੀ ਹੈ। ਅਗਲੇ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਖੇਡ ਗਰਾਊਂਡ ਦੇ ਵਿੱਚ ਪੁੱਜਣ ਦੀ ਕਿਰਪਾਲਤਾ ਕਰਨ। ਤੁਹਾਡੀ 75 ਦੀਆਂ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਵੀ ਸਮਾਂ ਪਹਿਲਾਂ ਹੀ ਬਹੁਤ ਹੋ ਚੁੱਕਿਆ ਤੇ ਪਹਿਲੇ ਰਾਊਂਡ ਦੇ 3 ਮੈਚ ਹੋਏ ਆ, ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਹੈਲੋ ਹੈਲੋ ਬਾਈ ਜੀ, ਜੋ ਵੇਟ ਕਰਦੀ ਕਮੇਟੀ ਉਹ ਬਾਈ ਟਰਾਲੀ 'ਚ ਜਾਓ, 75 ਕਿਲੋ ਵਾਲੀ ਟੀਮ ਆਈ ਆ। ਲਓ ਜੀ ਬਾਈ ਜੀ, ਹੈਲੋ ਬਾਈ ਜੀ, ਗੋਰਾ ਬਰਾੜ ਜਿੱਥੇ ਆ ਪਹੁੰਚੇ ਬਾਈ ਟਰਾਲੀ ਕੋਲੇ। ਪਹਿਲੇ ਮੈਚ 'ਚ ਖਾਰੇ ਦੀ ਟੀਮ ਜਿੱਤੀ ਹੈ ਜੀ, ਨੋਟ ਕਰੋ ਖਾਰੇ ਦੀ ਟੀਮ ਜਿੱਤੀ ਹੈ। ਹੁਣ ਜਿਹੜਾ ਮੈਚ ਆ ਭਗਤਾ ਭਾਈ ਤੇ ਘੋਲੀਆ ਖੁਰਦ, ਘੋਲੀਆ ਖੁਰਦ ਦੀ ਟੀਮ ਪੁੱਜੀ ਹੋਈ ਹੈ। ਮੇਰੀ ਬੇਨਤੀ, ਭਗਤੇ ਭਾਈ ਦੀ ਟੀਮ ਕਿਉਂ ਨਹੀਂ ਆ ਰਹੀਗੀ? ਭਗਤੇ ਭਾਈ ਨੂੰ 2 ਮਿੰਟ ਦੀ ਕਾਲ ਆ, ਉਸ ਤੋਂ ਬਾਅਦ ਸਤਿ ਸ੍ਰੀ ਅਕਾਲ ਹੈ, ਸਮਾਂ ਘੱਟ ਤੇ ਉਡੀਕ ਨਹੀਂ ਕੀਤੀ ਜਾਣੀ। ਭਗਤਾ ਭਾਈ ਜਲਦੀ ਪੁੱਜ ਜੀ। ਨਾਲ ਹੀ ਮੇਰੀ ਬੇਨਤੀ, ਲੰਡੇ ਤੇ ਕੌਣੀ, ਲੰਡੇ ਤੇ ਕੌਣੀ, ਕੰਡਾ ਵਨਾ ਤੇ ਕੋਰੇ ਵਾਲੇ ਦੀਆਂ ਟੀਮਾਂ ਵੀ ਤਿਆਰ ਹੋ ਕੇ ਜਲਦੀ ਪਹੁੰਚ ਜਾਣ। ਕੰਡਾ ਵਨਾ ਤੇ ਕੋਰੇ ਵਾਲਾ
ਔਰ ਨਾਲ ਹੀ ਪਿੰਡ ਤੇ ਸਾਹ ਕੇ ਨੰਗਲ ਦੇ ਰਾਜਿਆਂ ਨੇ ਨਾਲ ਖੇਡਣਾ ਹੈ। ਇਹ ਸਾਰੀਆਂ ਟੀਮਾਂ ਤਿਆਰ ਹੋ ਕੇ ਜਲਦੀ ਪਹੁੰਚ ਜਾਣ ਗਰਾਊਂਡ ਵਿੱਚ। ਹੁਣ ਮੇਰੀ ਬੇਨਤੀ ਹੈ ਵੀ ਭਗਤੇ ਦੀ ਟੀਮ ਨੂੰ 1 ਮਿੰਟ ਦੀ ਕਾਲ ਆ ਜੀ। ਲਓ ਜੀ ਭਗਤਾ ਸਕਰੈਚ ਕੀਤੀ ਗਈ ਹੈ ਜੀ। ਕੋਲੀਆ ਖੁਰਦ ਜੇਤੂ ਕਰ ਲਓ ਜੀ। ਕੋਲੀਆ ਖੁਰਦ ਦੀ ਟੀਮ ਜੇਤੂ। ਹੈਲੋ ਬਾਈ ਜੀ, ਭਗਤੇ ਟੀਮ ਦਾ ਕਹਿੰਦੇ ਵੇਟ ਨਹੀਂ ਕੀਤਾ ਹਜੇ ਕਿਸੇ ਨੇ। ਖਿਡਾਰੀ ਹੈਗੇ, ਪੁੱਛੋ ਕਿੱਥੇ ਖਿਡਾਰੀ। ਚਲੋ ਠੀਕ ਹੈ ਜੀ। ਤੇ ਵੇਟ ਕਰਾਇਆ ਕਾਹਤੋਂ ਨਹੀਂ ਇਹਨਾਂ ਨੇ ਜੀ? ਬਾਈ ਜੀ ਟੀਮ ਹੀ ਨਹੀਂ ਆਈ। ਚਲੋ ਸਤਨਾਮ ਬੋਲੋ ਜੀ। ਅਗਲਾ ਮੈਚ ਲੰਡੇ ਤੇ ਕੌਣੀ, ਲੰਡੇ ਤੇ ਕੌਣੀ ਦਾ ਮੈਚ ਹੈ। ਟੀਮਾਂ ਜਲਦੀ ਪਹੁੰਚਣਾ। ਕੰਡਾ ਵੰਨਾ ਤੇ ਕੋਰੇ ਵਾਲਾ, ਕੰਡਾ ਵੰਨਾ ਤੇ ਕੋਰੇ ਵਾਲਾ, ਪਿੰਡ ਤੇ ਸਹੁਕੇ ਨੰਗਲ ਤੇ ਰਾਜਣਾ। ਹੈਲੋ ਹੈਲੋ ਬਾਈ ਜੀ, ਗੋਰਾ ਬਰਾੜ ਕਿੱਥੇ ਆ ਬਾਈ? ਟਰਾਲੀ ਕੋਲੇ ਪਹੁੰਚੋ ਛੇਤੀ ਤੋਂ ਛੇਤੀ। ਬੇਨਤੀ ਲੰਡੇ ਤੇ ਕੌਣੀ ਦੀ ਟੀਮ ਨੂੰ। ਲੰਡੇ ਵਾਲੇ ਵੀ ਕਹਿੰਦੇ ਵਜਨ ਨਹੀਂ ਕੀਤਾ, ਕੀ ਗੱਲ ਆ? ਹੈਲੋ ਬਾਈ, 60 ਕਿਲੋ ਵੇਟ ਦੀਆਂ ਟੀਮਾਂ ਬਾਈ ਪਹੁੰਚਣ ਦੀ ਕਿਰਪਾਲਸਾ ਕਰਨ ਬਾਈ ਜੀ। ਲੰਡਿਆਂ ਵਾਲੇ ਕਹਿੰਦੇ ਵਜਨ ਨਹੀਂ। ਹੋ ਲੰਡਿਆਂ ਵਾਲੇ ਹੈਗੇ ਆ। ਲੰਡੇ ਤੇ ਕੌਣੀ, ਕੰਡਾ ਬਣਾ ਤੇ ਕੋਰੇ ਵਾਲਾ, ਗੱਡੀ 60 ਕਿਲੋ ਦੇ ਸੈਮੀ ਫਾਈਨਲ ਦੀਆਂ ਨਿਰਮਲ ਚਾਰੇ ਟੀਮਾਂ ਨੂੰ ਆਵਾਜ਼ ਦੇ ਦੇ, ਸੈਮੀ 60 ਦੇ ਉਹ ਫਾਈਨਲ ਕਰ ਦਿਓ। ਚਾਰੇ ਟੀਮਾਂ ਕਬੱਡੀ 60 ਦੇ ਸੈਮੀ ਫਾਈਨਲ ਦੀ ਉਹ ਗਰਾਊਂਡ ਦੇ ਵਿੱਚ ਆ ਜਾਣ। ਪਹਿਲਾਂ 2 ਮੈਚ ਕਰਾਉਣੇ, ਬਾਅਦ ਦੇ ਵਿੱਚ ਆਪਾਂ ਇਹ 75 ਦੇ ਮੈਚ ਕਰਾਵਾਂਗੇ। 60 ਕਿਲੋ ਭਾਰ ਦੀਆਂ ਇਹ ਚਾਰੇ ਟੀਮਾਂ ਜਿੱਥੇ ਵੀ ਆਵਾਜ਼ ਨੂੰ ਸੁਣਦੀਆਂ ਉਹ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਲੈ ਵੀ ਸਟੇਜ ਤੇ ਜਿਹੜਾ ਬਾਈ ਅਨਾਊਂਸ ਕਰਦਾ ਉਹ ਮੈਚ ਅਨਾਊਂਸ ਕਰ ਦੇਵੇ ਵੀ ਪਹਿਲਾ ਸੈਮੀ ਫਾਈਨਲ 60 ਦਾ ਕਿਹਦਾ ਤੇ ਦੂਜਾ ਕਿਹਦਾ। ਉਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। 60 ਕਿਲੋ ਦੀਆਂ ਟੀਮਾਂ ਨੂੰ ਬੇਨਤੀ, ਟੀਮਾਂ ਜਲਦੀ ਪਹੁੰਚਣ। 60 ਕਿਲੋ ਵਰਗ ਦੀਆਂ, 75 ਦੀ ਟੀਮ ਨੂੰ ਬੇਨਤੀ, ਲੰਡੇ ਤੇ ਕੌਣੀ, ਕੰਡਾ ਬਣਾ ਤੇ ਕੋਰੇ ਵਾਲਾ, ਇਹ ਟੀਮਾਂ ਜਲਦੀ ਪਹੁੰਚ ਜਾਣ ਜੀ। ਕਬੱਡੀ 60 ਕਿਲੋ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਗਰਾਊਂਡ ਖਾਲੀ ਹੈ। ਤੇ ਜਲਦੀ ਦੋਨੋਂ ਟੀਮਾਂ ਨੂੰ ਪਹਿਲੇ ਸੈਮੀ ਫਾਈਨਲ ਦੀਆਂ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਆ ਜਾਣ। ਕਬੱਡੀ 60 ਕਿਲੋ ਦੇ ਫਾਈਨਲ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ। ਹੈਲੋ ਬਾਈ ਜੀ, ਪਹਿਲਾ ਮੈਚ ਹੈਗਾ ਘੱਲ ਕਲਾਂ ਦੇ ਵਣਾ ਵਾਲੀ ਸੈਮੀ ਫਾਈਨਲ ਬਾਈ ਜੀ 60 ਕਿਲੋ ਦਾ, ਦੂਜਾ ਹੈਗਾ ਰੌਂਤਾ ਤੇ ਧੂੜਕੋਟ ਬਰਨਾਲਾ। ਘੱਲ ਕਲਾਂ ਤੇ ਵਣਾ ਵਾਲੀ ਦੋਨੋਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆਉਣਗੀਆਂ ਜੀ। 60 ਕਿਲੋ ਭਾਰ ਦੀਆਂ ਘੱਲ ਕਲਾਂ ਤੇ ਵਣਾ ਵਾਲੀ। ਹਾਂਜੀ ਬਾਈ ਜੀ, ਉਧਰ ਲੱਕੀ ਡਰਾ ਕੱਢੇ ਜਾ ਰਹੇ ਆ, ਆਹ ਚ ਸੌਰੀ ਕੱਲ ਨੂੰ ਕੱਢਣੇ ਆ। ਤੇ ਉਹਦੇ ਵਿੱਚ ਬਾਈ ਜਿਹਨੇ ਜਿਹਨੇ ਪਰਚੀਆਂ ਪਾਉਣੀਆਂ ਪਾ ਸਕਦੇ ਆ। ਪਹਿਲਾ ਨਾਮ ਸਾਈਕਲ ਆ, ਦੂਜਾ ਆ ਮਧਾਣੀ ਤੇ ਤੀਜਾ ਪ੍ਰੈਸ ਆ। ਐਂਟਰੀ ਫੀਸ ਬਾਈ ਜੀ 50 ਰੁਪਏ ਆ, ਸੋ ਜਲਦੀ ਦੇ ਨਾਲ ਪਾ ਸਕਦਾ। ਤੇ ਇੱਧਰ ਮੇਰਾ ਵੀਰ ਬਾਈ ਜੀ ਸਾਡੇ ਬੈਕ ਸਾਈਡ ਦੇ ਬਰਗਰ ਕਿੰਗ ਸੋਨਾ, ਵਧੀਆ ਬਰਗਰ ਬਣਾਉਂਦਾ, ਜੇ ਕਿਸੇ ਨੇ ਛਕਣੇ ਉੱਥੇ ਜਾ ਕੇ ਛਕ ਸਕਦਾ ਬਾਈ ਜੀ, ਬਰਗਰ ਕਿੰਗ ਸੋਨਾ। ਕਮੇਟੀ ਦਾ ਹਿੱਸਾ ਤਾਂ ਨਹੀਂ? ਨਹੀਂ ਬਾਈ। ਉਧਰ ਕੌਣੀ ਦੀ ਟੀਮ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਹੈ ਤੇ ਲੰਡਿਆਂ ਨੂੰ ਬੇਨਤੀ ਹੈ। ਕੌਣੀ ਤੇ ਲੰਡਿਆਂ ਦਾ ਇਹ ਮੈਚ ਹੈ ਕਬੱਡੀ 75 ਦਾ, ਦੋਨੋਂ ਟੀਮਾਂ ਦੇ ਖਿਡਾਰੀ ਗਰਾਊਂਡ ਦੇ ਵਿੱਚ ਆ ਜਾਣ। ਕੌਣੀ ਦੀ ਟੀਮ ਦੇ ਖਿਡਾਰੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਆ ਤੇ ਲੰਡਿਆਂ ਦੀ ਟੀਮ ਨੂੰ ਬੇਨਤੀ ਹੈ ਵੀ ਸਮਾਂ ਕਾਫੀ ਹੋ ਗਿਆ ਤੇ ਟੀਮ ਗਰਾਊਂਡ ਦੇ ਵਿੱਚ ਆਵੇ। 60 ਕਿਲੋ ਦੇ ਸੈਮੀ ਫਾਈਨਲ ਦੀਆਂ ਟੀਮਾਂ ਵੀ ਜਲਦੀ ਦੇ ਨਾਲ ਤਿਆਰ ਬਾਰ ਹੋ ਕੇ ਗਰਾਊਂਡ ਦੇ ਵਿੱਚ ਆ ਜਾਣ। ਉਧਰ ਜਿਹੜੇ ਵੀਰਾਂ ਦਾ ਇਸ ਟੂਰਨਾਮੈਂਟ ਦੇ ਲਈ ਵੱਡਾ ਯੋਗਦਾਨ, ਆਪਾਂ ਉਹਨਾਂ ਦਾ ਧੰਨਵਾਦ ਕਰਾਂਗੇ। ਸਰਦਾਰ ਦਲਵਿੰਦਰ ਸਿੰਘ ਜੀ ਧਾਨਾ ਬਰਾੜ ਕੈਨੇਡਾ ਚੇਅਰਮੈਨ ਨੇ,
ਤੇ ਨਾਲ ਸਵਰਨ ਸਿੰਘ ਜੀ ਕੈਨੇਡਾ ਕਬੱਡੀ ਓਪਨ ਦਾ ਪਹਿਲਾ ਪ੍ਰਾਈਜ਼ ਨਾਲ ਕਾਲਾ ਬਰਾੜ ਕੈਨੇਡਾ 51,000 ਇਹਨਾਂ ਵੀਰਾਂ ਦੀ ਤਰਫੋਂ ਦਿੱਤਾ ਗਿਆ। ਸਰਦਾਰ ਹਰਬੰਸ ਸਿੰਘ ਜੀ ਅਮਰੀਕਾ ਤੇ ਨਾਲ ਸਰਦਾਰ ਲਖਵੀਰ ਸਿੰਘ ਜੀ ਇਸ ਪਰਿਵਾਰ ਦੀ ਤਰਫੋਂ 11,000 ਦਾ ਯੋਗਦਾਨ ਦਿੱਤਾ ਗਿਆ। ਉਧਰ ਸਰਦਾਰ ਗੁਰਦੀਪ ਸਿੰਘ ਜੀ ਔਲਖ ਤੇ ਉਹਨਾਂ ਦੀ ਪੋਤਰੀ ਨਵਨੀਤ ਔਲਖ ਕੈਨੇਡਾ ਨਾਲ ਗੋਰਾ ਕੈਨੇਡਾ 11,000 ਰੁਪਏ। ਇਧਰ ਸਰਦਾਰ ਠਾਣਾ ਸਿੰਘ ਬਰਾੜ ਤੇ ਬੱਬੀ ਬਰਾੜ ਇਸ ਪਰਿਵਾਰ ਦੀ ਤਰਫੋਂ ਵੀ 11,000 ਦਾ ਯੋਗਦਾਨ ਹੈ। ਉਧਰ ਸਰਦਾਰ ਬਲਦੇਵ ਸਿੰਘ ਜੀ ਔਲਖ ਤੇ ਮਨੀਤ ਔਲਖ ਕੈਨੇਡਾ, ਪੋਤਰਾ ਗੁਰਨਾਮ ਔਲਖ ਇਸ ਪਰਿਵਾਰ ਨੇ 10,000 ਦਾ ਯੋਗਦਾਨ ਦਿੱਤਾ ਹੈ। ਸਰਦਾਰ ਮਹਿੰਦਰ ਸਿੰਘ ਜੀ ਸਰਾਂ MLA ਕੈਨੇਡਾ, ਇਹਨਾਂ ਦਾ ਵੀ 10,000 ਦਾ ਯੋਗਦਾਨ ਹੈ। ਨਾਲ ਐਸ਼ਵੀਰ ਤੇ ਜੈਵੀਰ ਕੈਨੇਡਾ, ਜੱਸਾ ਬਰਾੜ ਤੇ ਪ੍ਰੀਤਮ ਸਿੰਘ ਕੈਨੇਡਾ ਦੇ ਪਰਿਵਾਰ ਦੀ ਤਰਫੋਂ 10,000 ਦਾ ਯੋਗਦਾਨ ਹੈ। ਗੋਰਾ ਕੈਨੇਡਾ ਦੀ ਵੱਲੋਂ 5,500 ਦਾ ਯੋਗਦਾਨ ਹੈ। ਸਵਰਗਵਾਸੀ ਸਰਦਾਰ ਬਾਈ ਜੀ ਘੱਲ ਕਰਾਉਣਾ, ਬਾਈ ਜੀ ਵਣਾ ਵਾਲੀ ਦਾ, ਬਾਈ ਜੀ ਘੱਲ ਕਰਾਉਣਾ, ਬਾਈ ਟੀਮਾਂ ਦੋਵੇਂ ਬਾਈ ਗਰਾਊਂਡ 'ਚ ਪਹੁੰਚੋ, ਬਾਈ ਟਾਈਮ ਬਹੁਤ ਲਾਈ ਜਾਂਦੇ ਬਾਈ ਜੀ। ਘੱਲ ਕਲਾਂ ਤੇ ਬਣਾ ਵਾਲੀ ਕਿਹੜੀ ਟੀਮ ਆ ਵੀ ਤੁਹਾਡੀ? ਲੰਡੇ ਤੇ ਕੌਣੀ, ਲੈ ਵੀ ਜਲਦੀ ਖੇਡ ਲਓ ਕਿਉਂਕਿ ਠੰਡ ਬਹੁਤ ਆ, ਮਗਰੋਂ ਜੇ ਆਪਾਂ ਸੈਮੀ ਫਾਈਨਲ ਚਲਾ ਤੇ ਫਿਰ ਟਾਈਮ ਲੱਗ ਜਾਣਾ। ਵਣਾਲੀ ਦੀ ਟੀਮ ਆ ਗਈ ਹੈ ਤੇ ਘੱਲ ਕਲਾਂ ਨੂੰ ਬੇਨਤੀ ਹੈ, ਇਹ 60 ਕਿਲੋ ਦੇ ਸੈਮੀ ਫਾਈਨਲ ਦੀਆਂ ਟੀਮਾਂ ਵਣਾਵਾਲੀ ਤੇ ਘੱਲ ਕਲਾਂ, ਇਹ ਵੀ ਟੀਮਾਂ ਜਲਦੀ ਤੋਂ ਜਲਦੀ ਖੇਡ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਕੌਣੀ ਦੇ ਰੇਡਰ ਬੱਬਾ ਤੇ ਕੁਲਦੀਪ ਉਹ ਗਰਾਊਂਡ ਦੇ ਵਿੱਚ ਆ ਜਾਣ, ਲੰਡਿਆਂ ਦੇ ਵੀ 2 ਕੁ ਖਿਡਾਰੀ ਆਏ ਆ ਤੇ ਬਾਕੀ ਖਿਡਾਰੀ ਉਹ ਵੀ ਗਰਾਊਂਡ ਦੇ ਵਿੱਚ ਆ ਜਾਣ। ਇਧਰ ਬਣਾਲੀ ਦੀ ਟੀਮ ਕਬੱਡੀ 60 ਦੀ ਖੇਡ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਘੱਲ ਕਲਾਂ ਦੀ ਟੀਮ ਨੂੰ ਬੇਨਤੀ ਹੈ ਵੀ ਇਹ ਵੀ ਟੀਮ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆਵੇ। ਬਾਈ ਜੀ ਸੈਮੀ ਫਾਈਨਲ ਮੈਚ, ਬਾਈ ਜੀ 60 ਕਿਲੋ ਵਰਗ ਭਾਰ ਦੇ ਆ। ਇਧਰ ਕੌਣੀ ਦੀ ਟੀਮ ਸਟੇਜ ਦੇ ਖੱਬੇ ਹੱਥ ਹੈ ਤੇ ਲੰਡਿਆਂ ਦੀ ਟੀਮ ਸਟੇਜ ਦੇ ਸੱਜੇ ਹੱਥ ਹੈ। ਦੋਨੋਂ ਟੀਮਾਂ ਦੇ ਦਰਮਿਆਨ ਮੈਚ ਸ਼ੁਰੂ ਹੋਣ ਜਾ ਰਿਹਾ। ਇਧਰ ਇਧਰ ਵੇਟ ਵਾਲਾ ਕੰਡਾ, ਵੇਟ ਵਾਲੀ ਟਰਾਲੀ ਹੈ, ਇਸ ਪਾਸੇ ਲੰਡਿਆਂ ਦੀ ਟੀਮ ਹੈ ਤੇ ਆਪੋਜਿਟ ਸਾਈਡ ਕੌਣੀ ਦੀ ਟੀਮ ਹੈ। ਦੋਨੋਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਪੋ ਆਪਣੀਆਂ ਸਾਈਡਾਂ ਲੈ ਲੈਣ। ਜਿਹੜੇ ਰੇਡਰ ਹੈ ਤੇ ਆਪਾਂ ਬਾਕਸ ਕਿੱਥੇ ਕੁ ਬਣਾਏ ਆ, ਅਸੀਂ ਬਾਕਸ ਬਣਾਉਣ ਲੱਗੇ ਹਾਂ ਵੀ ਜਿਹੜੇ ਰੇਡਰ ਆ ਕਬੱਡੀ 75 ਦੇ ਉਹ ਬਾਕਸ ਦੇ ਵਿੱਚ ਹੀ ਖੜਨਗੇ ਕਬੱਡੀ ਪਾ ਕੇ ਤੇ ਬਾਕਸ ਦੇ ਵਿੱਚੋਂ ਹੀ ਕਬੱਡੀ ਪਾਉਣ ਰੇਡਰ ਜਾਵੇਗਾ। ਜਿਹੜਾ ਐਕਸਟਰਾ ਖਿਡਾਰੀ ਆ ਉਹ ਵੀ ਬਾਕਸ ਦੇ ਵਿੱਚ ਹੀ ਖੜੇ, ਸਾਡੀ ਬੇਨਤੀ ਹੈ। ਲਓ ਮੈਚ ਸ਼ੁਰੂ ਹੋਣ ਜਾ ਰਿਹਾ ਤੇ ਪਹਿਲੀ ਕਬੱਡੀ ਪਾਉਣ ਦੇ ਲਈ ਲਓ ਕੌਣੀ ਵਾਲਾ ਕੁਲਦੀਪ ਮੇਰੇ ਵੀਰੋ ਤਿਆਰ ਬਰ ਤਿਆਰ ਹੈ। ਇੱਕ ਕੁਲਦੀਪ ਕੀਪਾ ਬੱਢਣੀ ਦਾ ਬੜਾ ਮਸ਼ਹੂਰ ਹੈ, ਇੱਕ ਭੂੰਦੜ ਦੇ ਕੀਪੇ ਦੇ ਚਰਚੇ ਹੈ, ਇੱਕ ਸੱਦੋਵਾਲ ਦਾ ਕੀਪਾ ਕਬੱਡੀ ਦੇ ਵਿੱਚ ਮਸ਼ਹੂਰ ਹੈ। ਲਓ ਆਹ ਮੁੰਡਾ ਕਹਿੰਦੇ ਕੌਣੀ ਵਾਲਾ ਕਬੱਡੀ ਪਾ ਰਿਹਾ ਤੇ ਲੰਡਿਆਂ ਦੇ 3 ਜਾਫੀ ਤਿਆਰ ਬਰ ਤਿਆਰ। ਲਓ ਕਿਸ ਖਿਡਾਰੀ ਦੇ ਨਾਲ ਮੁਕਾਬਲਾ ਹੋਣਾ,
ਉਹ ਦੇਖੋ ਫੈਸਲਾ ਗੁਰਜੀਤ ਲੰਗੇ ਵਾਲੇ ਦਾ ਕਰਦਾ ਹੈ ਵੀ ਨੰਬਰ ਜਿਹੜਾ ਡਬਲ ਟੱਚ ਹੋ ਚੁੱਕਿਆ ਹੈ ਤੇ ਪੁਆਇੰਟ ਕੁਲਦੀਪ ਅਕੌਣੀ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਲੰਡਿਆਂ ਦੀ ਤਰਫੋਂ ਪਹਿਲੀ ਕਬੱਡੀ ਕਿਸ ਨੌਜਵਾਨ ਦੇਸ਼ ਤੇ ਆਈ ਹੈ। ਲੋ ਮਾੜੀ ਮੁਸਤਫਾ ਪਿੰਡ ਹੈ ਤੇ ਦਾਰਾ ਨਾਮ ਹੈ ਜਿੱਥੋਂ ਦਾ ਮੇਲਾ ਬੜਾ ਮਸ਼ਹੂਰ ਹੈ, ਜਿੱਥੋਂ ਦੇ ਖਿਡਾਰੀ ਮਸ਼ਹੂਰ ਹੈ। ਲੋ ਉਸੇ ਨਗਰ ਦਾ ਦਾਰਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ। ਇੱਕ ਦਾਰਾ ਪਹਿਲਵਾਨ ਬੜਾ ਮਸ਼ਹੂਰ ਹੋਇਆ ਤੇ ਫਿਲਮਾਂ ਦੇ ਵਿੱਚ ਵੀ ਦਾਰੇ ਦਾ ਕਾਫੀ ਨਾਮ ਚੱਲਿਆ। ਇੱਧਰ ਮਾੜੀ ਵਾਲੇ ਦਾਰੇ ਦੀ ਸਿਫਤ ਲੰਗਿਆਂ ਨੇ ਦਾ ਨਿਰਮਲ ਕਰੇਗਾ। ਇੱਧਰ ਅੰਦਾਰੇ ਦੀ ਪਾਈ ਹੋਈ ਕਬੱਡੀ, ਲੈ ਵੀ ਸਾਊਂਡ ਵਾਲਾ ਜਿਹੜਾ ਨਿਰਮਲ ਵਾਲਾ ਮੈਂਕ ਆ ਉਹ ਜ਼ਰੂਰ ਚਲਾ ਦੇ। ਇੱਧਰ ਦੇਖੋ ਪਾਈ ਹੋਈ ਕਬੱਡੀ ਤੇ ਕਹਿੰਦੇ ਨਿੱਕੂ ਦੇ ਨਾਲ ਮੁਕਾਬਲਾ ਹੋ ਗਿਆ, ਕਲਿਆਣ ਪਿੰਡ ਹੈ। ਉਹ ਦੇਖੋ ਰੱਖਿਆ ਧੌਣ ਤੇ ਹੱਥ ਮੁੰਡੇ ਨੇ, ਕਮਾਲ ਕੀਤੀ ਹੋਈ ਹੈ। ਹਲਕਾ ਜਿਹਾ ਝਾਕਾ ਦਿੱਤਾ ਤੇ ਨੰਬਰ ਜਿਹੜਾ ਕਲਿਆਣ ਦਾ ਨਿੱਕੂ ਕੌਣੀ ਦੀ ਟੀਮ ਦੇ ਲਈ ਜੋੜ ਚੁੱਕਿਆ ਹੈ। ਬੱਬਾ ਕਬੱਡੀ ਪਾ ਰਿਹਾ ਤੇ ਨਿਰਮਲ ਗੱਲ ਕਰਨ ਜਾ ਰਿਹਾ। ਲਓ ਅਗਲੀ ਕਬੱਡੀ ਕੌਣੀ ਵੱਲੋਂ ਬੱਬਾ ਤਿਆਰੀ ਕਰਦਾ ਹੋਇਆ ਕਹਿੰਦੇ ਲੋ ਸਾਹਮਣੇ ਬੱਬੇ ਦੀ ਕਬੱਡੀ ਹੈ। ਮੁੰਡੇ ਨੇ ਹੱਥਾਂ ਨੂੰ ਲਾ ਕੇ ਕੱਲੀ ਕੀਤਾ ਪਰਮਾਤਮਾ ਨੂੰ ਯਾਦ ਤੇ ਵੱਧ ਅੱਗੇ। ਹੁਣ ਤਿੰਨ ਜਾਫੀਆਂ ਚੋਂ ਕੌਣ ਜਾਫੀ ਅੱਗੇ ਵੱਧਦਾ, ਵੱਧ ਕੇ ਟਰਾਈ ਕਰਦਾ ਏ, ਕੌਣ ਖੁੱਚ ਭਰ ਕੇ ਕੈਂਚੀ ਲਾਉਂਦਾ ਏ, ਕੌਣ ਤਾਉਣ ਤੇ ਹੱਥ ਰੱਖ ਕੇ ਟਾਈਮ ਕਰਾਉਣ ਵਾਲੀ ਗੱਲ ਕਰਦਾ ਏ। ਲੋ ਸਾਹਮਣੇ ਵੇਖਦਾ ਵੀ ਅੱਗੋ ਚਿੱਟੀ ਪੱਟੀ ਦੇ ਵਿੱਚ ਮੁੰਡਾ ਪੂਰੀ ਟਰਾਈ ਕਰਦਾ ਏ, ਪਰ ਮੁੰਡਾ ਬਹੁਤ ਹੀ ਤੇਜ਼ ਤਰਾਕ, ਚੁਸਤੀ ਫੁਰਤੀ ਦਾ ਮਾਲਕ ਹੈ। ਕਹਿੰਦੇ ਫੁਰਤੀ ਦਾ ਕੰਮ ਖੇਡ ਕਬੱਡੀ, ਫੁਰਤੀ ਦਾ ਕੰਮ ਖੇਡ ਕਬੱਡੀ, ਭਿੜਨਾ ਝੋਟੇ ਦਾ, ਸੀਧਾਰੇ ਦੀ ਕੁਸ਼ਤੀ ਪਕਾਸਾ ਦਾ ਲੰਗੋਟੇ ਦਾ, ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ, ਤੂੰ ਮੇਲੀ ਬਣ ਕੇ ਵੇਖ ਸੋਹਣਿਆ ਮੇਲਾ ਯਾਰਾਂ ਦਾ, ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ। ਕਹਿੰਦੇ ਮੇਲਾ ਤੰਦਰੁਸਤ ਬੰਦੇ ਨੂੰ ਚੰਗਾ ਲੱਗਦਾ ਹੈ। ਗੁਰਜੀਤ ਸਿੰਘ ਵੀ ਤੰਦਰੁਸਤ ਨੂੰ ਨਹੀਂ ਹਮਦਰਦੀ ਰੋਗੀ ਨਾ, ਤੇ ਗੱਲ ਮਖੌਲ ਚ ਆ ਕੇ ਕਰਦਾ ਕੋਲ ਬਿਮਾਰਾਂ, ਉਹ ਲੰਘੇ ਆਣੀਆਂ ਛਿੰਦਿਆ ਇਹ ਸਾਹਾਂ ਨਾਲ ਫਕੀਰੀਆਂ, ਉਹ ਜਲਸਾ ਮੁੱਗੇ ਤਾਂ ਡੋਲੀ ਲੈਣੀ ਚੱਕ ਹਾਰਾ, ਜਲਸਾ ਮੁੱਗੇ ਡੋਲੀ ਲੈਣੀ ਚੱਕ ਹਾਰਾ। ਸਾਹਾਂ ਨਾਲ ਮੇਲੇ ਆ, ਸਾਹਾਂ ਨਾਲ ਫਕੀਰੀਆਂ ਹੈ, ਜਿੰਨਾ ਤੱਕ ਕਹਿੰਦੇ ਦੀਵੇ ਵਿੱਚ ਤੇਲ ਆ ਉਹਨਾਂ ਤੱਕ ਹੀ ਜੋਤ ਜਗਣੀ ਹੈ। ਅਗਲੀ ਕਬੱਡੀ ਕੁਲਦੀਪ ਕੌਣੀ ਵਾਲਾ ਪਾਉਣ ਦੇ ਲਈ ਇੱਥੇ ਗੱਲ ਕਰੇਗਾ ਬੋਡਾ ਵਾਲਾ ਸੁਖਾ ਸਿੰਘ। ਹੈਲੋ ਬਾਈ ਨਿੰਮੇ, ਅਗਲਾ ਮੈਚ ਜੋ ਕਰਾਉਣਾ ਬਾਈ 60 ਕਿਲੋ ਵੇਟ ਵਾਲੀ ਟੀਮ ਨੂੰ ਬਾਈ ਅਨਾਉਂਸ ਕਰ ਦੇ। ਇੱਧਰ ਬਣਾਲੀ ਦੀ ਟੀਮ ਗਰਾਊਂਡ ਦੇ ਵਿੱਚ ਹੈ ਤੇ ਘੱਲਾਂ ਦੀ ਟੀਮ ਨੂੰ ਬੇਨਤੀ ਹੈ ਵੀ ਅਗਲਾ ਮੈਚ। ਇੱਧਰ ਦੇਖੋ ਕੁਲਦੀਪ ਕਬੱਡੀ ਪਾ ਰਿਹਾ ਤੇ ਲਾਲੀ ਦੇ ਨਾਲ ਮੁਕਾਬਲਾ ਹੈ ਕਿ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਵੀ ਮਾਰ ਮਾਰ ਧੌਲਾ ਦੇਖੋ ਕੱਢਣਗੇ ਅੱਗ ਬਈ। ਮਾੜੀ ਵਾਲਾ ਸਾਰਾ ਕਬੱਡੀ ਪਾ ਰਿਹਾ ਤੇ ਉੱਧਰ ਤਿੰਨ ਜਾਸੀ ਹੈ, ਜਿਹੜਾ ਨੌਜਵਾਨ ਲਾਲ ਰੰਗ ਦੀ ਨਿੱਕਰ ਪਾਈ ਹੋਈ ਹੈ ਕਲਿਆਣਾ ਦਾ ਨਿੱਕੂ ਹੈ, ਤੇ ਦੂਜੀ ਕੰਨੀ ਤੇ ਕਹਿੰਦੇ ਜਗਤ ਸਿੰਘ ਵਾਲਾ ਪਿੰਡ ਹੈ, ਸੁੱਖਾ ਨਾਮ ਹੈ। ਆਹ ਮੁੰਡਾ ਜਗਤ ਸਿੰਘ ਵਾਲੇ ਦਾ ਸੁੱਖਾ, ਸਮੁੰਦਰ ਜਿਹਾ ਕੱਦ ਹੈ ਪਰ ਸਿਰੇ ਸਿਰੇ ਦੇ ਧਾਵੀਆਂ ਨੂੰ ਜਫੇ ਲਾਉਂਦਾ। ਉਹ ਦੇਖੋ ਭਰੀ ਹੋਈ ਬਗਲ, ਵੱਜੀ ਹੋਈ ਕੈਂਚੀ ਦੇ ਮੁੰਡੇ ਨੇ ਕਮਾਲ ਕੀਤੀ ਹੈ, ਤੇ ਜਿਹੜਾ ਨੰਬਰ ਹੈ ਉਹ ਜਗਤ ਸਿੰਘ ਵਾਲੇ ਦਾ ਸੁੱਖਾ ਕੌਣੀ ਦੀ ਟੀਮ ਦੇ ਲਈ ਜੋੜਦਾ ਹੋਇਆ। ਅਗਲੀਆਂ ਟੀਮਾਂ ਨੂੰ ਬੇਨਤੀ, ਟੀਮਾਂ ਤਿਆਰ ਰਹੀ, ਘੱਲਾਂ ਦੀ ਟੀਮ ਪਹੁੰਚ ਗਈ ਜੀ, ਠੀਕ ਆ ਜੀ, ਪਹੁੰਚੀਆਂ ਹੋਈਆਂ ਟੀਮਾਂ ਦੋਨੇ ਗੋਰੇ। ਅਗਲੀਆਂ ਟੀਮਾਂ ਨਾਲ ਹੀ ਮੈਂ 75 ਨੂੰ ਬੇਨਤੀ ਕਰਦਾ, ਅਗਲਾ ਮੈਚ ਚ ਘੰਟਾ ਬਣਾ ਤੇ ਗੋਰੇ ਵਾਲੀਆਂ ਵੀ ਤਿਆਰ ਰਹਿਣਗੇ। 75 ਕਿਲੋ ਦੇ 2 ਸੈਮੀ ਹੋਣਗੇ, ਉਸ ਤੋਂ ਬਾਅਦ ਤੁਹਾਡਾ ਮੁਕਾਬਲਾ ਖੇਡਿਆ ਜਾਣਾ ਹੈ। 75 ਦੀਆਂ 60 ਕਿਲੋ ਦੀਆਂ ਚਾਰੇ ਟੀਮਾਂ ਤਿਆਰ ਰਹਿਣਗੀਆਂ। ਹਾਂਜੀ ਅਮਨ ਜੀ, ਨੰਬਰਦਾਰ ਕੀ ਹਾਲ ਹੈ ਜੀ? ਦੇਖੋ ਮਿੰਟ ਜੀ, ਲਓ ਸਾਹਮਣੇ ਵੇਖਦਾ ਵੀ ਬੱਬੇ ਦੀ ਪਾਈ ਹੋਈ ਕਬੱਡੀ ਹੈ, ਪਰ ਅੰਕ ਅਸਤ ਕਾਉਣੀ ਵਾਲਾ ਬੱਬਾ ਆਪਣੀ ਟੀਮ ਦੇ ਹਿੱਸੇ ਜੋੜਦਾ ਤੇ ਮੈਚ ਜਿਹੜਾ ਸਮਾਪਤ ਹੋ ਚੁੱਕਾ ਹੈ। ਚਲਦੇ ਮੈਚ ਚੋਂ ਕਿਹੜੀ ਟੀਮ ਜਿੱਤ ਗਈ ਦੱਸੋ ਜੀ? ਇਸ ਮੈਚ ਦੇ ਵਿੱਚੋਂ ਕਾਉਣੀ ਦੀ ਟੀਮ ਜੇਤੂ ਰਹੀ ਹੈ ਜੀ, ਕਾਉਣੀ ਦੀ ਟੀਮ ਚਲਦੇ ਹੋਏ ਮੈਚ ਦੀ ਜੇਤੂ ਟੀਮ ਹੈ। ਵਣ ਵਾਲੇ ਦੀ ਟੀਮ ਗਰਾਊਂਡ ਦੇ ਵਿੱਚ ਹੈ, ਘੱਲਾਂ ਦੀ ਟੀਮ ਗਰਾਊਂਡ ਦੇ ਵਿੱਚ ਆਵੇ, ਇਹ 60 ਕਿਲੋ ਭਾਰ ਦਾ ਜਿਹੜਾ ਸੈਮੀਫਾਈਨਲ ਮੈਚ ਹੈ ਉਹ ਖੇਡਿਆ ਜਾਣਾ। ਦੋਨੋਂ ਟੀਮਾਂ ਸੈਂਟਰ ਲਾਈਨ ਤੇ ਆ ਜਾਣ, ਵਣ ਵਾਲਾ ਤੇ ਕਲਕਲਾ। ਨਾਲ ਹੀ ਕਬੱਡੀ 75 ਦੀਆਂ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਪਹੁੰਚਣ। 60 ਕਿਲੋ ਦੀ ਟੀਮ ਰੌਂਤਾ ਤੇ ਧੂੜਕੋਟ ਬਰਨਾਲਾ ਬਾਈ, ਕਲਕਲਾ ਤੇ ਵਣ ਵਾਲੀ ਤੋਂ ਅਗਲਾ ਮੈਚ ਬਾਈ ਇਹਨਾਂ ਦਾ।
ਲਓ ਜੀ ਕੋਰੇ ਵਾਲੀ ਦੀ ਟੀਮ ਪੁੱਜੀ ਹੋਈ ਆ। ਮੇਰੀ ਬੇਨਤੀ ਘੰਟਾ ਬੰਨਾ ਵੀ ਤਿਆਰ ਰਹੇ ਤੇ ਬੇਨਤੀ ਰਿਸ਼ਮਾ ਪਿੱਛੇ ਹੋ ਕੇ ਬੈਠ ਜਾਓ ਕਿਉਂਕਿ ਤੁਹਾਡਾ ਮੈਚ ਬਾਅਦ ਵਿੱਚ ਕਰਾਉਣਾ। ਪਹਿਲਾਂ 60 ਕਿਲੋ ਦਾ ਸੈਮੀਫਾਈਨਲ ਮੈਚ ਹੈ, ਨੰਬਰਦਾਰ ਵੀ ਵਿਸ਼ੇਸ਼ ਤੌਰ ਤੇ ਪੁਜਾਏ ਕਹਿੰਦੇ ਰੇਸ਼ਮ ਦਾ ਤੇ ਨੰਬਰਦਾਰ ਦਾ ਭਰਾਵਾਂ ਤੋਂ ਵੱਧ ਕੇ ਸਕੇ ਭਰਾਵਾਂ ਨਾਲ ਵੱਧ ਕੇ ਪਿਆਰ ਆ। ਆਪਣੀ ਟੀਮ ਲੈ ਕੇ ਪੁੱਜੇ, ਧੰਨਵਾਦ ਜੀ। ਆਓ ਵੀ ਇਧਰੋਂ ਸੌਂਕ ਪਾਉਣੀ ਹੈ। ਤੁਹਾਨੂੰ ਪਤਾ ਵੀ ਅੱਜ ਕੱਲ੍ਹ ਬੜੇ ਜਿਹੜੇ ਘਾਲੇ ਮਾਲੇ ਚੱਲਦੇ ਆ, ਹੈਗੀ ਫੋਟੋ ਕੱਢ ਦਿਓ ਅਖਬਾਰ ਇਸ਼ਤਿਹਾਰ ਤੇ ਬਾਬੇ ਦੀ। ਔਰ ਬੇਨਤੀ ਹੈ ਵੀ ਦੋਨੋਂ ਟੀਮਾਂ ਦੀ ਸਹੁੰ ਪਵਾਈ ਜਾਂਦੀ, ਖਿਡਾਰੀ ਸਾਰੇ ਨੋਟ ਕਰ ਲਓ ਵੀ ਮੇਰਾ ਬਾਈ ਝੂਠੀ ਸਹੁੰ ਨਾ ਕਦੇ ਖਾ ਲਓ ਜੇ ਇੱਥੇ। ਬਾਬੇ ਦੀ ਜਗ੍ਹਾ ਤੇ ਬੇਨਤੀ, ਬਾਬੇ ਦੀ ਫੋਟੋ ਹੱਥ ਰੱਖ ਕੇ ਤੇ ਸੱਚੀ ਸਹੁੰ ਖਾਣੀ ਹੈ ਤੇ ਪਹਿਲੀ ਗੱਲ ਤਾਂ ਸਹੁੰ ਖਾਣ ਦੀ ਲੋੜ ਨੀਗੀ, ਤੁਸੀਂ ਸਹੀ ਮੈਚ ਖੇਡੋ। ਹਾਂ ਜੇ ਤੁਸੀਂ ਰਲ ਕੇ ਖੇਡੇ ਠੀਕ ਆ ਜੀ, ਠੀਕ ਆ। ਮੈਂ ਪਹਿਲਾਂ ਹੀ ਗੱਲ ਕਰਦਾ ਵੀ ਸਹੁੰ ਤੱਕ ਸਾਨੂੰ ਜਾਣ ਦੀ ਲੋੜ ਨਾ ਪਵੇ। ਜੇ ਤੁਸੀਂ ਆਪਦੇ ਆਪ 'ਚ ਇਸ ਗੱਲ ਨੂੰ ਸੁਧਾਰ ਕਰੋਗੇ ਤਾਂ ਸਹੁੰ ਤੱਕ ਗੱਲ ਨਾ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਸੰਤ ਬਾਬਾ ਦਰਬਾਰ ਜੀ ਦਾ ਤੁਹਾਨੂੰ ਪਤਾ ਵੀ ਇੱਥੇ ਜਿਹੜੀ ਸਹੁੰ ਪਾਉਣੀ ਬਹੁਤ ਔਖੀ ਵਾਲੀ ਗੱਲ ਆ, ਵੱਡੀ ਗੱਲ ਆ। ਪਰ ਬੇਨਤੀ ਕਿਸੇ ਨੇ ਸਹੁੰ ਵਾਲੇ ਪਾਸੇ ਨਹੀਂ ਤੁਰਨਾ ਗਾ, ਤੁਸੀਂ ਆਪਣੇ ਆਪ ਨੂੰ ਇਸ ਗੱਲ ਤੋਂ ਸੰਕੋਚ ਕਰਨਾ ਵੀ ਮੈਚ ਫਿਕਸਿੰਗ ਦੀ ਨਹੀਂ ਗੱਲ ਕਰਨੀ। ਆਪਾਂ ਟੀਮਾਂ ਦੀ ਸਾਂਝ ਪਾਈਏ। ਇਸ ਵਕਤ ਜਿਹੜੀ ਟੀਮ ਹੈ ਕੱਲਾ ਵਾਲੇ ਨੌਜਵਾਨ ਦੀ ਕਬੱਡੀ ਪੈ ਰਹੀ ਹੈ ਤੇ ਬਣ ਵਾਲੇ ਦਾ ਜਾਸੀ। ਆਓ ਦੇਖੋ ਇਹ ਜਿਹੜੇ ਮਾਨਸੇ ਦੀ ਟੀਮ ਹੈ ਤੇ ਘੱਲ ਕਲਾਂ ਜਿਹੜੇ ਮੋਗੇ ਦੀ ਟੀਮ ਆ, ਲੋ ਵੇਖੋ ਕੱਲਾ ਵਾਲੇ ਨੇ ਪਹਿਲੀ ਕਬੱਡੀ ਪਾਈ ਹੈ ਤੇ ਉਧਰ ਮਾਨਸੇ ਜ਼ਿਲ੍ਹੇ ਦਾ ਜਾਫੀ ਪਹਿਲੀ ਕਬੱਡੀ ਦੇ ਸਿਰੇ ਦਾ ਜਾਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਇੱਧਰ ਪਹਿਲੇ ਮੈਚ ਦੇ ਵਿੱਚ ਵੀ ਕੁਲਦੀਪ ਨੇ ਕਬੱਡੀਆਂ ਪਾਈਆਂ, ਇਸ ਮੁੰਡੇ ਦਾ ਨਾਮ ਵੀ ਕੁਲਦੀਪ ਹੈ। ਲਓ ਵਣ ਵਾਲੇ ਦਾ ਕੁਲਦੀਪ ਕਬੱਡੀ ਪਾ ਰਿਹਾ ਹੈ, ਉੱਧਰ ਦੋ ਜਾਫੀ ਘੱਲਾਂ ਦੇ। ਕਹਿੰਦੇ ਅੰਬੂ ਹੋਣੀ, ਮੰਗਲ ਹੋਣੀ, ਸੋਨੇ ਹੋਣੀ ਕਬੱਡੀ ਦੇ ਵੱਡੇ ਨਾਮ ਹੈ। ਆਓ ਦੇਖੋ ਪਾਈ ਹੋਈ ਕਬੱਡੀ, ਭਰੀ ਬਗਲ ਰੱਖਿਆ ਧੌਣ ਦੇ ਹੱਥ। ਲਓ ਬਰਾਬਰ ਦਾ ਜਫਾ ਲੱਗੇਗਾ ਜਾਂ ਨਹੀਂ ਲੱਗੇਗਾ, ਉਹ ਮੁੰਡੇ ਨੇ ਕਹਿੰਦੇ ਸਿਰੇ ਦਾ ਪੁਆਇੰਟ ਕੁਲਦੀਪ ਵਣ ਵਾਲੇ ਦਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਇੱਧਰ ਘੱਲਾਂ ਦਾ ਨੌਜਵਾਨ ਕਬੱਡੀ ਪਾਉਣ ਦੇ ਲਈ ਫਿਰ ਤਿਆਰ ਹੈ ਕਿ ਰਣ ਜਿੱਤਣ ਨੂੰ ਸੂਰਮਾ ਹਰਦਮ ਰਹੇ ਤਿਆਰ। ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਜੇ ਵਾਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਜੇ ਵਾਰ। ਹੁਣ ਪਹਿਲਾ ਵਾਰ ਕੌਣ ਕਰਦਾ, ਕੀ ਰੋਲਾ ਪੈਗਾ ਹੁਣ ਪਾ ਕਬੱਡੀ ਯਾਰ। ਬਾਈ ਜੀ ਕਬੱਡੀ ਟਰਨ ਹੈ, ਇਹ ਕਮੇਟੀ ਨੂੰ ਪੁੱਛੋ ਟਰਨ ਬਾਈ ਟਰਨ ਕਬੱਡੀ ਆ, ਲਗਾਤਾਰ ਰੇਟ ਨਹੀਂ ਕਬੱਡੀਆਂ ਪਾ ਸਕਦਾ। ਉਧਰ ਘੱਲਾਂ ਦਾ ਨੌਜਵਾਨ ਕਬੱਡੀ ਪਾ ਰਿਹਾ, ਤਿੰਨ ਜਾਫੀ ਹੈ ਜਿਹੜਾ ਨੀਲੀ ਨਿੱਕਰ ਦੇ ਵਿੱਚ ਪਿਰਥੀ ਨਾਮ ਹੈ ਤੇ ਵਿਚਕਾਰ ਕੁਲਵਿੰਦਰ ਹੈ ਤੇ ਹਰੀ ਨਿੱਕਰ ਦੇ ਵਿੱਚ ਖੁਸ਼ੀ ਆਖਦੇ ਆ ਮੁੰਡੇ ਨੂੰ। ਆਓ ਦੇਖੋ ਪਿਰਥੀ ਦੇ ਨਾਲ ਮੁਕਾਬਲਾ ਹੋ ਗਿਆ, ਇੱਕ ਦੌਦਰ ਦਾ ਪਿਰਥੀ ਕਬੱਡੀ ਓਪਨ ਦੇ ਵਿੱਚ ਕਾਫੀ ਨਾਮ ਚਮਕਾਇਆ ਮੁੰਡੇ ਨੇ। ਆਹ ਦੇਖੋ ਪਿਰਥੀ ਬਣ ਵਾਲੇ ਦਾ ਐਨ ਸਿਰੇ ਦਾ ਜੱਫਾ ਲਾਉਂਦਾ ਹੋਇਆ, ਭਰੀਆਂ ਬਗਲਾਂ ਤੇ ਇੱਕ ਜਾਨਦਾਰ ਨੰਬਰ ਮੁੰਡੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਇੱਧਰ ਗੁਰਨਾਮ ਅਗਲੀ ਕਬੱਡੀ ਪਾਉਣ ਦੇ ਲਈ ਹੱਥਾਂ ਨੂੰ ਕਲੀ ਲਾਈ ਹੈ, ਸਾਂਵਲਾ ਜਿਹਾ ਰੰਗ ਹੈ। ਆਓ ਦੇਖੋ ਦੌਰੇ ਦੇ ਤਵੀਤ ਬੰਨਿਆ ਤੇ ਦੋ ਜਾਫੀ ਘੱਲ ਕਲਾਂ ਦੇ ਪੱਟਾਂ ਦੇ ਉੱਪਰ ਥਾਪੀਆਂ ਮਾਰ ਰਹੇ ਹੈ। ਆਈ ਹੋਈ ਕਬੱਡੀ ਸਮਾਂ ਬੀਤਦਾ ਜਾ ਰਿਹਾ ਤੇ ਦਰਸ਼ਕਾਂ ਦੀ ਨਜ਼ਰ ਇਹਨਾਂ ਖਿਡਾਰੀਆਂ ਉੱਪਰ ਟਿੱਕੀ ਹੋਈ ਹੈ। ਉਹ ਧੌਲਾਂ ਤੇ ਤੱਫੇ ਵੱਜਦੇ ਹੋਏ ਤੱਕੇ ਤੇ ਗੁਰਨਾਮ ਇੱਕ ਜਾਨਦਾਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਲੋ ਅਗਲੀ ਕਬੱਡੀ ਪਿੰਦਰ ਦੀ ਪੈਂਦੀ ਹੈ, ਸਾਹਮਣੇ ਵੇਖਦੇ ਵੀ ਪਿੰਦਰ ਕਬੱਡੀ ਦੇ ਖੇਡ ਮੈਦਾਨ ਤੇ ਵੱਧਾ ਹੋਇਆ ਕੱਲਾਂ ਵਾਲਾ ਗੱਭਰੂ। ਕਹਿੰਦੇ ਵਿੱਕੀ ਕੇ ਵਿੱਕੀ ਹਰੀ ਕੇ ਕਲਾਂ ਵਾਲਾ ਵੀ ਕੱਲ ਨੂੰ ਇਸ ਕਬੱਡੀ ਦੇ ਖੇਡ ਮੈਦਾਨ ਚ, ਅੰਬੂ ਕਲਾਂ ਵਾਲਾ ਵੀ ਇਸ ਕਬੱਡੀ ਦੇ ਖੇਡ ਮੈਦਾਨ ਵਿੱਚ ਪੁੱਜਣਾ ਹੈ। ਕਹਿੰਦੇ ਵਿੱਕੀ ਹਰੀ ਕੇ ਕਲਾਂ ਦਾ ਫੋਰ ਜੇਤੂ ਸੋਨਾ ਵਾਂਦਰਾ
ਸੋਨਾ ਵਾਂਦਰਾ ਦਾ ਘੋੜੇ ਜਿੱਤਣ ਵਾਲਾ ਅੰਬੂ ਸੋਨਾ ਹੈ ਪਿੰਡ ਕਲ ਕਲਾਂ ਦੇ ਇਹਨਾਂ ਮੂਹਰੇ ਦੀ ਰੇਡਰ ਖੜਨ ਵਾਲਾ ਇਹਨਾਂ ਮੂਹਰੇ ਦੀ ਰੇਡਰ ਖੜਨ ਵਾਲਾ ਕੱਲ ਨੂੰ ਦੁਨੀਆਂ ਦੇ ਮਸ਼ਹੂਰ ਖਿਡਾਰੀ ਪਹੁੰਚਣੇ ਇੱਥੇ ਕਹਿੰਦੇ ਤਾਰ ਲਾਂਡਿਆ ਵਾਲੇ ਦੀ ਹੈ ਖੇਡ ਸਾਫ਼ ਸੁਥਰੀ ਗੁੱਟ ਫੜਕੇ ਵਾਲਾ ਉਹ ਵੀ ਕੱਲ ਨੂੰ ਇਸ ਕਬੱਡੀ ਦੇ ਖੇਡ ਨਾਲ ਪੁੱਜਣੇ ਹੈ ਔਰ ਬਹੁਤ ਹੀ ਸ਼ਾਨਦਾਰ ਦਫਾ ਲਾ ਕੇ ਬਣਾ ਲਿਆ ਮੁੰਡਾ ਅੱਕ ਆਪਣੀ ਟੀਮ ਦੇ ਹਿੱਸੇ ਜੋਰਦਾਰ ਇੱਧਰ ਕੁਲਦੀਪ ਕਬੱਡੀ ਪਾ ਰਿਹਾ ਲਓ ਸੈਮੀ ਫਾਈਨਲ ਮੈਚ ਦਰਸ਼ਕ ਵੀਰੋ 60 ਕਿਲੋ ਭਾਰ ਦਾ ਜਿਹੜੀ ਟੀਮ ਨੇ ਜਿੱਤਣਾ ਉਹਨੇ ਫਾਈਨਲ ਦੇ ਵਿੱਚ ਪੁੱਜ ਜਾਣਾ ਲਓ ਜਿਹੜੇ ਮਾਨਸਾ ਦਾ ਇਹ ਖਿਡਾਰੀ ਕੁਲਦੀਪ ਕਬੱਡੀ ਪਾ ਰਿਹਾ ਦੋ ਜਾਫੀ ਘੱਲ ਕਲਾਂ ਦੀ ਟੀਮ ਦੇ ਔਰ ਦੇਖੋ ਪਾਈ ਹੋਈ ਕਬੱਡੀ ਇੱਧਰ ਦਾਇਰੇ ਦੇ ਉੱਪਰ ਜਿੰਨੇ ਵੀ ਦਰਸ਼ਕ ਬੱਚੇ ਬਜ਼ੁਰਗ ਅਤੇ ਨੌਜਵਾਨ ਮੇਰੇ ਹਮ ਉਮਰ ਵੀਰ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਨਾਲੇ ਇੱਕ ਵਾਰ ਫਿਰ ਜੀ ਆਇਆਂ ਨੂੰ ਆਖਾਂਗੇ ਇੱਧਰ ਕੱਲਾਂ ਵਾਲਾ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਕਦੇ ਚਾਫ ਕਰ ਰਿਹਾ ਲਓ ਕਬੱਡੀਆਂ ਵੀ ਪਾ ਰਿਹਾ ਤੇ ਤਿੰਨ ਜਾਫੀਆਂ ਦੇ ਵਿੱਚ ਉਹ ਕਿਸ ਖਿਡਾਰੀ ਦੇ ਨਾਲ ਮੁਕਾਬਲਾ ਹੋਣਾ ਤਿੰਨੇ ਜਾਫੀ ਕੀ ਵਿਉਂਤਬੰਦੀ ਬਣਾ ਰਿਹਾ ਕੀ ਪਲੈਨ ਹੈਗਾ ਆਹ ਮੁੰਡੇ ਦਾ ਖੁਸ਼ੀ ਨਾਮ ਹੈ ਇੱਕ ਦਿੜਵੇ ਦਾ ਖੁਸ਼ੀ ਬੜਾ ਮਸ਼ਹੂਰ ਹੋਇਆ ਜਿਹਦਾ ਜੱਦੀ ਪਿੰਡ ਦੁੱਗਾ ਪਰ ਇੱਧਰ ਦੇਖੋ ਛੋਟੀ ਉਮਰ ਦਾ ਨੌਜਵਾਨ ਖਿਡਾਰੀ ਹਲਕਾ ਜਿਹਾ ਸੰਘਰਸ਼ ਕੀਤਾ ਤੇ ਨੰਬਰ ਆਪਣੀ ਟੀਮ ਦੇ ਲਈ ਜੋੜਿਆ ਧੂੜਕੋਟ ਦੇ ਰੌਂਦੇ ਨੂੰ ਮੇਰੀ ਬੇਨਤੀ ਆ ਇਸ ਤੋਂ ਪਾਸਾ ਇੱਕ ਆਪਾਂ 75 ਦਾ ਮੈਚ ਚੱਲ ਗਏ ਦੋਨੋਂ ਟੀਮਾਂ ਪੁੱਜੀਆਂ ਜੀ ਔਰ ਕਹਿੰਦੇ ਕੋਰੇ ਵਾਲਾ ਇਹ ਘੰਟੇ ਬੰਨੇ ਦਾ ਮੈਚ ਇਹ ਟੀਮਾਂ ਦੋਨੋਂ ਪੁੱਜੀਆਂ ਹੋਈਆਂ ਕੰਡਾ ਬੰਨਾ ਆਇਆ ਜੀ ਹੈਗਾ ਲਓ ਬਲੀ ਕਰਨ ਇੱਕ ਨੰਬਰ ਦਾ ਵਾਅਦਾ ਆਪਣੀ ਟੀਮ ਦੇ ਲਈ ਕਰਦਾ ਹੋਇਆ ਇੱਧਰ ਕੱਲਾਂ ਦਾ ਨੌਜਵਾਨ ਫਿਰ ਕਬੱਡੀ ਪਾ ਰਿਹਾ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਆਹ ਕੁਲਵਿੰਦਰ ਨੇ ਹੈਲੋ ਬਾਈ ਜੀ ਰੌਤਾ ਦੇ ਧੂੜਕੋਟ ਬਰਨਾਲਾ ਘੱਟੀ ਹੋਰ ਆ ਬਾਈ 60 ਕਿਲੋ ਵੇਟ ਦੀ ਜੇ ਤਿਆਰ ਹੈਗੀਆਂ ਤਾਂ ਉਹਨਾਂ ਮੈਚ ਕਰਾਣਗੇ ਦੂਜੀਆਂ 75 ਆ ਵੇਟ ਗਰਾਊਂਡ ਚ ਆ ਬਾਈ ਠੀਕ ਆ ਜੀ ਠੀਕ ਆ ਓਕੇ ਜੀ ਕਿਉਂਕਿ ਦੂਜੀਆਂ ਵੀ 75 ਦੀਆਂ ਦੋਨੋਂ ਟੀਮਾਂ ਅਗਲੇ ਮੁਕਾਬਲੇ ਦੀਆਂ ਤਿਆਰ ਬੈਠੀਆਂ ਰੌਂਤਾ ਤੇ ਧੂੜਕੋਟ ਵਾਲਿਆਂ ਨੂੰ ਮੇਰੀ ਬੇਨਤੀ ਵੀ ਤਿਆਰੀ ਖਿੱਚ ਲਓ 60 ਕਿਲੋ ਦਾ ਅਗਲਾ ਸੈਮੀ ਫਾਈਨਲ ਮੈਚ ਤੁਹਾਡਾ ਖੇਡਿਆ ਜਾਣਾ ਹੈ ਲਓ ਸਾਹਮਣੇ ਪੈਂਦੀ ਹੋਈ ਕਬੱਡੀ ਬਣਾ ਆਈ ਆ ਗੱਭਰੂ ਹਲਕਾ ਟੈਕ ਲਾ ਕੇ ਮੁੰਡਾ ਬੜਾ ਤੇਜ਼ ਟਰੱਕ ਉੱਡੂ ਉੱਡੂ ਕਰਦੀ ਹੋਈ ਜਵਾਨੀ ਦੌਲੇ ਤੇ ਸੁਖਰਾਸਾ ਮੁੰਡੇ ਦੇ ਤਵੀਤ ਬੰਨਿਆ ਹੈ ਸਾਰੇ ਆਪਾਂ ਕਮੈਂਟਰੀ ਵਾਲੇ ਬੋਲਦੇ ਹਾਂ ਆ ਰਹੀ ਆ ਰਹੀ ਆ ਰਹੀ ਦੌਲੇ ਤੇ ਤਵੀਤ ਬੰਨ ਕੇ ਮੁੰਡਾ ਬਣ ਗਿਆ ਕਬੱਡੀ ਦਾ ਖਿਡਾਰੀ ਅੱਜ ਕੱਲ੍ਹ ਧਾਗੇ ਤਵੀਤਾਂ ਦਾ ਕਾਫੀ ਜ਼ੋਰ ਆ ਸੁਖਰਾਸਿਆ ਕੋਈ ਗਿੱਟੇ ਤੇ ਤਵੀਤ ਬੰਨਦਾ ਹੈ ਗੁਰਜੀਤਿਆ ਕੋਈ ਗੱਲ ਚ ਤਵੀਤ ਪਾਉਂਦਾ ਹੈ ਕੋਈ ਦੌਲੇ ਤੇ ਤਵੀਤ ਬੰਨਦਾ ਹੈ ਕਈਆਂ ਖਿਡਾਰੀਆਂ ਦੇ ਪੰਜ ਪੰਜ ਤਵੀਤ ਮੈਂ ਬੰਨੇ ਦੇਖੇ ਆ ਪਰ ਗੁੱਸਾ ਨਹੀਂ ਕਰਨਾ ਜੇ ਗੱਲ ਕਿਸੇ ਤੇ ਲੱਗਦੀ ਹੋਵੇ ਕੱਲੇ ਬਾਬੇ ਤਵੀਤਾਂ ਤੇ ਨਾ ਰਹੋ ਤੇ ਮਾੜੀ ਮੋਟ ਹਿੰਮਤ ਕਰੋ ਕਬੱਬੇ ਕੱਲੇ ਬਾਬੇ ਤਵੀਤਾਂ ਤੇ ਰਹੋ ਤੇ ਮਾੜੀ ਮੋਟ ਮਿਹਨਤ ਕਰੋ ਮਿਹਨਤ ਕਰਨ ਦੀ ਲੋੜ ਆ ਚੰਗੀਆਂ ਖਾਦ ਖੁਰਾਕਾਂ ਦੀ ਲੋੜ ਆ ਚੰਗੇ ਉਸਤਾਦਾਂ ਦੀ ਲੋੜ ਆ ਪਰ ਸਾਧੂਆਂ ਸੰਤਾਂ ਦਾ ਆਸ਼ੀਰਵਾਦ ਵੀ ਜ਼ਰੂਰੀ ਹੈ ਇਹ ਗੁੱਸਾ ਨਹੀਂ ਕਰਨਾਗਾ ਵੀ ਜਿਉਂਦੇ ਮਾਪਿਆਂ ਨੂੰ ਪਾਣੀ ਨਹੀਂ ਪੁੱਛਿਆ ਵਣਾ ਵਾਲੀ ਜਿੱਤਗੀ ਜੀ ਚੱਲਦੇ ਮੈਚ ਤੋਂ ਵਣਾ ਵਾਲੀ ਦੀ ਟੀਮ ਜਿੱਤ ਚੁੱਕੀ ਹੈ ਜੀ ਗੱਲ ਮੈਂ ਕਰਨ ਲੱਗਾ ਸੀ ਵੀ ਅੱਜ ਕੱਲ੍ਹ ਮੁੰਡੇ ਬੜੇ ਪਤਾ ਨਹੀਂ ਸ਼ੌਂਕ ਨਾਲ ਬੰਨਦੇ ਪਸੰਦ ਨਹੀਂ ਕਿਸੇ ਸਾਹਿਬ ਦੇ ਪੱਟੇ ਹੋਏ ਚੇਲੇ ਆ ਵੀ ਕੱਲੇ ਬਾਬੇ ਤਵੀਤਾਂ ਤੇ ਰਹੋ ਤੇ ਮਾੜੀ ਮੋਟ ਹਿੰਮਤ ਕਰੋ ਕਹਿੰਦੇ ਜਿਉਂਦੇ ਮਾਪਿਆਂ ਨੂੰ ਪਾਣੀ ਨਹੀਂ ਪੁੱਛਿਆ ਤੇ ਦੁੱਧ ਬਾਹਮਣਾ ਮੂਰੇ ਕੋ ਧਰੀ ਜਾਂਦਾ ਗੁੱਸਾ ਨਹੀਂ ਕਰਨਾ ਬੈਠੇ ਵੀ ਹੋਣ ਕਈ ਵੀ ਜਿਉਂਦੇ ਮਾਪਿਆਂ ਨੂੰ ਪਾਣੀ ਨਹੀਂ ਪੁੱਛਿਆ ਤੇ ਦੁੱਧ ਬਾਹਮਣਾ ਮੂਰੇ ਕੋ ਧਰੀ ਜਾਂਦਾ ਹੈ ਪਾਠ ਪੜ੍ਹਦੇ ਤੇ ਸੁਣਦੇ ਨੂੰ ਨੀਂਦ ਆਉਂਦੀ ਕਿਉਂਕਿ ਬੂਬ ਨੇ ਸਾਹ ਦੀ ਭਰੀ ਜਾਂਦਾ ਹੈ ਰੌਲਾ ਘਰਦਾ ਸੀ ਘਰੇ ਨਵੇੜ ਲੈਂਦਾ ਹੁਣ ਮਿੰਤ ਛਪਾਈਆਂ ਦੀ ਕਰੀ ਜਾਂਦਾ ਮੱਖਣ ਬਰਾੜਾ ਬਾਹਰ ਪੀ ਕੇ ਪਾਊਗਾ ਸ਼ੇਰ ਨੂੰ ਆਖੇ ਬਿੱਲੀ ਤੇ ਘਰੇ ਜਾ ਕੇ ਵਹੁਟੀ ਕੋਲੋਂ ਡਰੀ ਜਾਂਦਾ ਵੈਸੇ ਸਾਰੇ ਡਰਦੇ ਮੈਂ ਤਾਂ ਆਪ ਬਹੁਤ ਡਰਦਾ ਹਾਂ ਇਹ ਗੱਲ ਵੱਖਰੀ ਡਰਨਾ ਵੀ ਚਾਹੀਦਾ ਇਹ ਤਾਂ ਗੱਲ ਕੀਤੀ ਆਪਾਂ ਵੱਖਰੀ ਮੈਂ ਜਿਹੜਾ ਸ਼ੁਰੂ ਕਰਦਾ ਜੀ ਜਲਦੀ
ਵੀ ਗੱਲ ਧਾਗੇ ਤੀਤਾਂ ਦੀ ਆ, ਆ ਰਹੀ ਅੱਖੇ ਡੌਲੇ ਤੇ ਤਵੀਤ ਬੰਨ ਕੇ ਮੁੰਡਾ ਬਣ ਗਿਆ ਕਬੱਡੀ ਦਾ ਖਿਡਾਰੀ। ਫੌਜੀ ਸਾਹਿਬ ਮੈਂ ਵੀ ਇੱਕ ਬਾਬੇ ਤੋਂ ਚਾਰ ਪੰਜ ਤਵੀਤ ਲਏ ਸੀਗੇ ਬੰਨ ਕੇ ਵੇਖੇ, ਪਰ ਗੱਲ ਨਹੀਂ ਬਣੀ ਕਬੱਡੀ ਵਾਲੀ, ਕਮੈਂਟਰੀ ਕਰਨੀ ਪਈ ਹੈ। ਇਹ ਗੱਲ ਵੱਖਰੀ ਹੈ ਵੀ ਬਾਬਿਆਂ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਹੈ। ਗੁੱਸਾ ਨਹੀਂ ਕਰਨਾ, ਜੇ ਕਿਸੇ ਤੇ ਗੱਲ ਲੱਗਦੀ ਹੋਵੇ, ਗੱਲ ਪਿਆਰ ਦੀ, ਗੱਲ ਹੱਸਣ ਖੇਡਣ ਦੀ ਵੀ ਹੈ, ਸਾਰੀਆਂ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਆਪਾਂ ਗੁਰਸਿੱਖ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹਾਂ, ਦੱਸਾਂ ਗੁਰੂਆਂ ਨੂੰ ਹੈ ਪ੍ਰਣਾਮ ਮੇਰੀ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹਾਂ, ਦੱਸਾਂ ਗੁਰੂਆਂ ਨੂੰ ਹੈ ਪ੍ਰਣਾਮ ਮੇਰੀ। ਬਾਣੀ ਗੁਰੂ ਹੈ ਜਾਨ ਦਾ ਜੱਗ ਸਾਰਾ, ਬਾਣੀ ਜਿੰਦ ਹੈ, ਬਾਣੀ ਹੈ ਜਾਨ ਮੇਰੀ। ਜਿੱਧਰ ਵੇਖਾਂ ਮਾਲਕਾ ਤੇਰਾ ਹੀ ਰੂਪ ਦਿਸਦਾ, ਤੇ ਤੈਥੋਂ ਬਿਨਾਂ ਕੀ ਦੱਸ ਪਹਿਚਾਣ ਮੇਰੀ, ਤੈਥੋਂ ਬਿਨਾਂ ਕੀ ਦੱਸ ਪਹਿਚਾਣ ਮੇਰੀ। ਉਸ ਮਾਲਕ ਦੀ ਕਿਰਪਾ ਹੈ। ਅਗਲੀ ਕਬੱਡੀ ਦੀ ਗੱਲ ਆਪਾਂ ਕਰਾਂਗੇ ਤੁਹਾਡੇ ਨਾਲ, ਇਹ ਸੱਤਖੰਡ ਦਾ ਸੈਮੀਫਾਈਨਲ ਮੈਚ। ਧੂੜਕੋਟ ਦੀ ਟੀਮ ਇਧਰ ਸਟੇਜ ਦੇ ਸੱਜੇ ਹੱਥ ਹੈ, ਕਾਲੂ ਧੂੜਕੋਟ ਦਾ ਕਬੱਡੀ ਪਾ ਰਿਹਾ, ਤਿੰਨ ਜਾਫੀ ਰੌਦੇ ਦੀ ਟੀਮ ਦੇ ਪੱਟਾਂ ਤੇ ਥਾਪੀਆਂ ਮਾਰ ਰਿਹਾ ਹੈ। ਲਓ ਕਾਲੂ ਮੁੰਡਾ ਕਬੱਡੀ ਪਾ ਰਿਹਾ, ਆਓ 37 ਦੇ ਨਾਲ ਮੁਕਾਬਲਾ ਹੋ ਗਿਆ ਮੇਰੇ ਵੀਰਿਓ। ਲਓ ਦੇਖੋ ਮੁਕਾਬਲਾ ਸਖਤ ਹੈ, ਪਰ ਕਾਲੂ ਇੱਕ ਜਾਨਦਾਰ ਨੰਬਰ ਦਾ ਵਾਧਾ ਆਪਣੀ ਟੀਮ ਦੇ ਲਈ ਕਰਦਾ ਹੋਇਆ। ਇਧਰ ਮਨਪ੍ਰੀਤ ਰੌਦੇ ਵਾਲਾ ਕਬੱਡੀ ਦੇ ਮੈਦਾਨ ਦੇ ਅੰਦਰ ਪਾਈ ਹੋਈ ਕਬੱਡੀ, ਗੁੰਦਿਆ ਹੋਇਆ ਸਰੀਰ ਕੇ ਮਾਰ ਮਾਰ ਕੇ ਡੰਡ ਲੋਹਾ ਕਰਨ ਸਰੀਰਾਂ ਨੂੰ, ਛੰਨੇ ਭਰ ਭਰ ਘਿਓ ਦੇ ਭੈਣਾਂ ਦਿੰਦੀਆਂ ਵੀਰਾਂ ਨੂੰ, ਜੋਸ਼ ਜਵਾਨੀ ਜਜ਼ਬਾ ਬਾਰੇ ਜਾਮਾ ਤਿੰਨਾਂ ਦੇ, ਉਹ ਕਰਮਾਂ ਵਾਲੀਆਂ ਮਾਵਾਂ ਖੇਡਣ ਪੁੱਤ ਕਬੱਡੀ ਜਿਨ੍ਹਾਂ ਦੇ। ਇਧਰ ਮਨਪ੍ਰੀਤ ਰੌਦੇ ਵਾਲਾ ਇੱਕ ਜਾਨਦਾਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਅਗਲੀ ਕਬੱਡੀ ਧੂੜਕੋਟੀ ਹੈ, ਨੌਜਵਾਨ ਪਾਉਣ ਦੇ ਲਈ ਤਿਆਰ ਹੈ, ਠੰਡੇ ਠਾਰ ਪਾਣੀ ਦਾ ਘੁੱਟ ਭਰਿਆ ਤੇ ਗੱਲ ਨਿਰਮਲ ਕਰਨ ਜਾ ਰਿਹਾ ਇਸ ਕਬੱਡੀ ਦੇ ਬਾਰੇ। ਲਓ ਅਗਲੀ ਕਬੱਡੀ ਧੂੜਕੋਟੀ ਮੁੰਡੇ ਦੀ ਪਾਈ ਹੋਈ ਹੈ, ਅੱਗੇ ਵੱਧ ਕੇ 7 ਕਿਲੋ ਦਾ ਮੁਕਾਬਲਾ ਤੁਸੀਂ ਦੇਖ ਰਹੇ ਹੋ। ਰਾਮਪਾ ਪਿੰਡ ਬੜਾ ਮਸ਼ਹੂਰ ਪਿੰਡ, ਖੇਡਾਂ ਦੇ ਵਿੱਚ ਪਹਿਲਾਂ ਗੱਲ ਕੀਤੀ ਵੀ ਸਰਜੀਤ ਸਿੰਘ ਫੌਜੀ ਦੇ ਜਫਿਆਂ ਨੂੰ ਦੁਨੀਆ ਯਾਦ ਕਰਦੀ ਹੈ, ਇੱਕ ਦੇ ਜੋੜ ਤੇ ਜਫੇ ਲਾਉਣ ਵਾਲੇ ਚੂਰ ਚੱਕੀਏ ਪੱਪੂ ਦੀ ਗੱਲ, ਚਾਹੇ ਸਰਜੀਤ ਫੌਜੀ ਦੀ ਗੱਲ, ਲਓ ਇਹ ਕਦੇ ਯਾਦਗਾਰੀ ਜਫੇ ਲਾਏ ਆ, ਕਹਿੰਦੇ ਕਦੇ ਫੌਜੀ ਦੀ ਗੱਲ, ਲਓ ਸਾਹਮਣੇ ਵੇਖਦਾ ਵੀ ਆਸ ਵਕਤ ਉਹਦੇ ਫੌਜੀ ਦੇ ਪਿੰਡ ਨੂੰ ਦੀ ਗੱਲ ਆ, ਵੀ ਰੌਂਤੇ ਵਾਲਾ ਮੁੰਡਾ ਢਾਕ ਕੇ ਹਿੱਕ ਤੇ ਬਹਿਣ ਵਾਲੀ ਗੱਲ, ਆ ਪੁੱਠਾ ਵੜੰਗ ਵਾਲ ਪੈ ਗਿਆ ਫੌਜੀ, ਆ ਜੱਟਾਂ ਵਾਲਾ, ਜੱਟਾਂ ਵਾਲਾ ਵੜੰਗ ਵਾਲ, ਪੁੱਠੀ ਕੈਂਚੀ ਜਿਹਨੂੰ ਪੰਜਾਬੀ ਜਾਂ ਆਪਾਂ ਕਹਿੰਦੇ ਹਾਂ, ਵੀ ਆਪਣੇ ਦੰਦ ਚੀਨ ਦੀ ਕੰਧ ਬੜੀ ਮਜ਼ਬੂਤੀ ਹੁੰਦੀ ਹੈ, ਜੇ ਪੈ ਜੇ ਪੁੱਠੀ ਕੈਂਚੀ ਤਾਂ ਗੱਲ ਕਸੂਤੀ ਹੁੰਦੀ ਹੈ, ਜੇ ਪੈ ਜੇ ਪੁੱਠੀ ਕੈਂਚੀ ਤਾਂ ਗੱਲ ਕਸੂਤੀ ਹੁੰਦੀ ਹੈ। ਇੱਧਰ ਬੱਬੂ ਕਬੱਡੀ ਪਾ ਰਿਹਾ ਮੇਰੇ ਵੀਰੋ ਰੌਂਦੇ ਵਾਲਾ, ਇੱਕ ਕਹਿੰਦੇ ਬੱਬੂ ਭਣਾ